ਲੋਕ ਸਭਾ ਦੀਆਂ ਚੋਣਾਂ ਨਸਤੀਕਾਰੀਆਂ ਨੇ ਤੇ ਸਿਆਸਤਦਾਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ ਤੇ ਨਵੇਂ-ਨਵੇਂ ਪ੍ਰੋਜੈਕਟਾਂ ਦੇ ਐਲਾਨ ਵੀ ਕੀਤੇ ਜਾ ਰਹੇ ਨੇ ਕਰੋੜਾਂ ਰੁਪਏ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਲਈ ਅਸੀਂ ਖਰਚਾਂਗੇ ਇਹ ਹਰ ਵਾਰੀ ਹੁੰਦਾ ਹੈ ਲੰਬਾ ਸਮਾਂ ਹੋ ਗਿਆ ਕਿੰਨੇ ਵਾਅਦੇ ਪੂਰੇ ਹੁੰਦੇ ਨੇ ਕਿੰਨੇ ਵਿੱਚੋਂ ਅਧੂਰੇ ਰਹਿੰਦੇ ਨੇ ਇਹ ਵੀ ਲੋਕ ਜਾਣਦੇ ਨੇ ਪਰ ਸਿਆਸਤਦਾਨ ਨੇ ਉਹਨਾਂ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਣਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦਾ ਜ਼ਿਕਰ ਕੀਤਾ ਹੈ ਨਜ਼ਦੀਕ ਆ ਰਹੀਆਂ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਸਿਆਸਤਦਾਨ ਪ੍ਰਚਾਰ ਕਰ ਰਹੇ ਨੇ ਕਿ ਸਾਡੀ ਰਾਜਨੀਤਿਕ ਪਾਰਟੀ ਨੇ ਆਹ ਕੀਤਾ ਜੀ ਆ ਦੇਖੋ 5 ਸਾਲ ਦਾ ਰਿਪੋਰਟ ਕਾਰਡ ਤੇ ਵੋਟ ਤੁਸੀਂ ਸਾਡੀ ਪਾਰਟੀ ਨੂੰ ਹੀ ਪਾਇਓ ਉਸੇ ਵੇਲੇ ਦੂਸਰੀ ਰਾਜਨੀਤਿਕ ਪਾਰਟੀ ਖੜੀ ਹੋਣਦੀ ਹੈ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਸਾਨੂੰ ਇੱਕ ਵਾਰੀ ਵੋਟ ਪਾ ਕੇ ਦੇਖੋ ਸਾਡੇ ਤੇ ਭਰੋਸਾ ਕਰੋ ਐਤਕੀ ਬਦਲਾਅ ਕਰ ਦਿਓ ਅਸੀਂ ਚੋਣਾਂ ਜਿੱਤਾਂਗੇ ਤੇ ਤੁਹਾਡੀਆਂ ਹਰ ਇੱਕ ਮੰਗਾਂ ਮੰਨਾਂਗੇ ਪੂਰੀਆਂ ਕਰਾਂਗੇ ਵਿਕਾਸ ਕਰਾਂਗੇ ਵਿਕਾਸ ਦੇ ਦਾਅਵੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਨੇ ਕਿੰਨਾ ਕੁ ਪੂਰਾ ਹੁੰਦਾ ਕਿੰਨੇ ਕੁ ਅਧੂਰੇ ਆ ਇਹ ਸਾਰੇ ਲੋਕ ਜਾਣਦੇ ਨੇ ਆ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਉਹਦੇ ਵਿੱਚ ਲੋਕ ਸਭਾ ਦੀਆਂ ਸਰਗਰਮੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਕਾਂਗਰਸ ਨੇ ਵੀ ਸ਼ੁਰੂਆਤ ਕੀਤੀ ਸੀ ਪਰ ਇਸ ਵੇਲੇ ਖਲਾਰਾ ਜੇਸ ਹਸਾਬ ਦੇ ਨਾਲ ਕੁਝ ਕਸੂਬਿਆਂ 'ਚ ਪਿਆ ਪਹਿਲਾਂ ਉਹਨੂੰ ਸਬੇਟਨ ਦਾ ਯਤਨ ਕੀਤਾ ਜਾ ਰਿਹਾ ਹੈ ਗੱਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਵੀ ਕਰਨੀ ਹੈ ਕਿਉਂਕਿ ਅੱਜ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਤੇ ਉਸ ਤੋਂ ਪਹਿਲਾਂ ਹੀ ਉੱਥੇ ਵੀ ਕਹਿੰਦੇ ਆ ਕਿ ਰਾਜਨੀਤਿਕ ਪਾਰਟੀ ਨੇ ਇੱਕ ਨੇ ਕਾਂਗਰਸ ਨੇ ਅੱਜ ਸਦਨ ਛੱਡ ਦਿੱਤਾ ਵਿਧਾਨ ਸਭਾ ਦੇ ਵਿੱਚੋਂ ਬਾਹਰ ਚਲੇ ਗਏ ਵਾਕ ਆਊਟ ਕਰ ਦਿੱਤਾ ਕੀ ਜ਼ਰੂਰਤ ਪੈਗੀ ਇਸ ਵਾਕ ਆਊਟ ਦੀ ਗੱਲ ਉੱਤੇ ਵੀ ਕਰਾਂਗੇ ਤੇ ਗੱਲਬਾਤ ਕਿਸਾਨਾਂ ਦੀ ਵੀ ਕਰਨੀ ਆ ਕਿਉਂਕਿ ਦਿੱਲੀ ਕਿਸਾਨ ਜਾਣ ਦੀ ਜਿੱਦ ਕਰ ਰਹੇ ਨੇ ਰੋਕਿਆ ਹੋਇਆ ਬੈਰੀਕੇਡ ਲੱਗੇ ਨੇ ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਮਾਹੌਲ ਬਣਦਾ ਪਿਆ ਚਰਚਾ ਉੱਥੇ ਕਰਨੀ ਵੀ ਜ਼ਰੂਰੀ ਹੈ ਤੇ ਕਾਂਗਰਸ ਦੀ ਇੱਕ ਮੀਟਿੰਗ ਵਿੱਚ ਹੀ ਹੰਗਾਮਾ ਹੋ ਗਿਆ ਉਹ ਕਹਿੰਦੇ ਕੀ ਕਰਨਾ ਤੁਸੀਂ ਸਾਰਿਆਂ ਨੇ ਪਾਰਟੀ ਲਈ ਕੰਮ ਕੀ ਕਰਨਾ ਜੇਕਰ ਚਾਹ ਕੌਫੀ ਦੇ ਬਦਲੇ ਹੀ ਲੜਾਈਆਂ ਹੋ ਰਹੀਆਂ ਨੇ ਤੇ ਕਹਿੰਦੇ ਆ ਕਿ ਇੱਕ ਸਾਬਕਾ ਕੈਬਨਿਟ ਮੰਤਰੀ ਮੀਟਿੰਗ ਹੀ ਛੱਡ ਕੇ ਚਲੇ ਗਿਆ ਸਾਰੀਆਂ ਖਬਰਾਂ ਤੇ ਗੱਲਬਾਤ ਕਰਦੇ ਆ ਹੁਣ ਜਿਸ ਹਿਸਾਬ ਦੇ ਨਾਲ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਪ੍ਰਚਾਰ ਕਰ ਰਹੀਆਂ ਨੇ ਪਾਰਟੀ ਨੂੰ ਉੱਪਰ ਲੈ ਕੇ ਜਾਣ ਦੀ ਗੱਲ ਕਹਿ ਰਹੀਆਂ ਨੇ ਉੱਥੇ ਹੀ ਇਸ ਵੇਲੇ ਇੱਕ ਨਿਗਾਹ ਉਹਨਾਂ ਕੰਪਨੀਆਂ ਤੇ ਵੀ ਟਿਕੀ ਹੋਈ ਹੈ ਜਿਹੜੀਆਂ ਕੰਪਨੀਆਂ ਟੈਕਸ ਚੋਰੀ ਕਰ ਰਹੀਆਂ ਨੇ ਅਸੀਂ ਚੋਣ ਸਰਗਰਮੀਆਂ ਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਕੰਪਨੀਆਂ ਦਾ ਜ਼ਿਕਰ ਜ਼ਰੂਰ ਕਰਨਾ ਕਿਉਂਕਿ ਭਾਰਤ ਵਿੱਚ ਪਤਾ ਨਹੀਂ ਇਸ ਤਰ੍ਹਾਂ ਦੀਆਂ ਕਿੰਨੀਆਂ ਹਜ਼ਾਰਾਂ ਕਿ ਲੱਖਾਂ ਕੰਪਨੀਆਂ ਹੋਣੀਆਂ ਨੇ ਜਿਨ੍ਹਾਂ ਨੇ ਸਰਕਾਰ ਦਾ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਜਿਨ੍ਹਾਂ ਦੇ ਪਰਦੋਸ਼ ਵੀ ਲੱਗੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਗ੍ਰਿਫਤਾਰੀਆਂ ਵੀ ਹੋਈਆਂ ਅਦੋ ਦਿਨ ਪਹਿਲਾਂ 108 ਕਰੋੜ ਰੁਪਏ ਦਾ ਘਪਲਾ ਕੀਤਾ ਸੀ ਟੈਕਸਚਰੀ ਕੀਤੀ ਬੰਦਾ ਫੜ ਲਿਆ ਹੁਣ ਵੀ ਇੱਕ ਤਬਾਕੂ ਕੰਪਨੀ ਹੈ ਉਤੇ ਰੇਡ ਮਾਰੀ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਕਹਿੰਦੇ ਆ ਕਿ ਘਰੋਂ 100 ਕਰੋੜ ਦੀ ਜਿਹੜੀ ਟੈਕਸਚਰੀ ਹੈ ਉਹ ਪਤਾ ਲੱਗੀ ਸੀ ਇਸ ਕਰਕੇ ਘਰੋਂ 5 ਕਰੋੜ ਦਾ ਕੈਸ਼ ਮਿਲਿਆ 100 ਕਰੋੜ ਦੀ ਟੈਕਸਚਰੀ ਹੈ ਤੇ 100 ਕਰੋੜ ਰੁਪਏ ਤੋਂ ਵੱਧ ਦੀਆਂ ਕਾਰਾਂ ਨੇ ਲਗਜ਼ਰੀ ਕਾਰਾਂ 14 ਕਰੋੜ ਰੁਪਏ ਦੀਆਂ ਘੜੀਆਂ ਬਰਾਮਦ ਕੀਤੀਆਂ ਨੇ ਭਾਰਤ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ बिजनेसमੈਨ ਨੇ ਜਿਨ੍ਹਾਂ ਦੇ ਸ਼ੌਂਕ ਵੱਖਰੇ ਐ ਸਾਡੇ ਮੁਲਕ ਵਿੱਚ ਹੀ ਕੁਝ बिजनेसमੈਨ ਇਸ ਤਰ੍ਹਾਂ ਦੇ ਵੀ ਐ ਜਿਨ੍ਹਾਂ ਨੇ ਕਰੋੜਾਂ ਰੁਪਏ ਬੈਂਕਾਂ ਦੇ ਕੋਲੋਂ ਕਰਜ਼ਾ ਲਿਆ ਪਰ ਕਰਜ਼ਾ ਵਾਪਸ ਨਹੀਂ ਕੀਤਾ ਵਿਦੇਸ਼ਾਂ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਹੁਣ ਕਹਿੰਦੇ ਆ ਕਿ ਭਾਰਤ ਸਰਕਾਰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਐ ਕਾਨੂੰਨੀ ਪ੍ਰਕਿਰਿਆਵਾਂ ਦੇ ਵਿੱਚੋਂ ਨਿਕਲਣਾ ਪੈ ਰਿਹਾ ਕਿੰਨੇ ਕ ਵਾਪਸ ਆਉਂਦੇ ਨੇ ਕਿੰਨੇ ਕ ਨਹੀਂ ਇਹ ਨਹੀਂ ਪਤਾ ਪਰ ਇੰਨਾ ਜ਼ਰੂਰ ਐ ਕਿ ਕਰੋੜਾਂ ਰੁਪਏ ਦਾ ਘਾਟਾ ਸਰਕਾਰ ਨੂੰ ਪਿਆ ਤੇ ਹੁਣ ਵੀ ਜਦੋਂ ਟੈਕਸਚੁਰੀ ਦੀ ਗੱਲ ਆਉਂਦੀ ਹੈ ਲੁਧਿਆਣੇ ਤੇ ਵਿੱਚ ਪਿਛਲੇ ਦਿਨੀ ਛਾਪੇਮਾਰੀ ਹੋਈ ਹੈ ਉੱਥੇ ਵੀ ਕਰੋੜਾਂ ਰੁਪਏ ਦਾ ਟੈਕਸਚੁਰੀ ਕੀਤਾ ਸੀ ਹੁਣ ਵੀ ਹੈ ਪਰ ਆਮ ਲੋਕਾਂ ਦੀ ਆਮਦਨ ਨਹੀਂ ਵੱਧਦੀ ਤੇ ਇਹਨਾਂ ਲੋਕਾਂ ਦੀ ਆਮਦਨ ਕਿਵੇਂ ਵੱਧਦੀ ਜਾਂਦੀ ਹੈ ਇਦਾਂ ਹੀ ਹੁੰਦਾ ਟੈਕਸਚੁਰੀ ਕਰ ਕਰਕੇ ਹਾਲਾਂਕਿ ਟੈਕਸ ਸਾਰਿਆਂ ਨੂੰ ਤਾਰਨਾ ਚਾਹੀਦਾ ਪਰ ਇਸ ਵੇਲੇ ਚੋਣਾਂ ਤੋਂ ਪਹਿਲਾਂ ਇਹ ਜਿਹੜੀਆਂ ਕੰਪਨੀਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਸਾਰਿਆਂ ਨੇ ਇਹਦਾ ਧਿਆਨ ਆਪਣੇ ਵੱਲ ਖਿੱਚਿਆ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਕਰ ਰਹੇ ਸੀ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕੀਤੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਝਾਰਖੰਡ ਵਿੱਚ ਸੀ ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਝਾਰਖੰਡ ਦੇ ਵਿੱਚ ਨਾ ਤਾਂ ਕਿਸੇ ਦਾ ਨੀ ਲਿਆ ਪਰ ਇਹਨਾਂ ਜ਼ਰੂਰ ਹੈ ਕਹਿੰਦੇ ਸੀ ਕਿ ਨਾਰੇ ਇੰਨੀ ਜ਼ੋਰ ਨਾਲ ਲਗਾਓ ਕਿ ਆਵਾਜ਼ ਸਾਰੀ ਜਿਹੜੀ ਹੈ ਜੇਹਲਾ ਤੱਕ ਜਾਵੇ ਹੁਣ ਸਿੱਧੇ ਰੂਪ ਦੇ ਵਿੱਚ ਨਹੀਂ ਅਸਿੱਧੇ ਰੂਪ ਦੇ ਵਿੱਚ ਹੋ ਸਕਦਾ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿੰਮਤ சுரேਨ ਹੁਰਾ ਤੱਕ ਕਹਿੰਦੇ ਹੋਵੇਗੇ ਉਹ ਆਵਾਜ਼ ਪਹੁੰਚਾ ਦਿਓ ਕਿ ਇਸ ਵੇਲੇ ਵਿਕਾਸ ਦੀ ਜ਼ਰੂਰਤ ਹੈ ਲੁੱਟ ਕੇ ਖਾ ਗਏ ਦੇਸ਼ ਨੂੰ ਇਹ ਚਰਚਾਾਂ ਮਾ ਅੱਜ ਵੀ ਚੱਲੀਆਂ ਪੱਛਮੀ ਬੰਗਾਲ ਦੇ ਵਿੱਚ ਵੀ ਜਦੋਂ ਉਹ ਪਹੁੰਚੇ ਤਾਂ ਉੱਥੇ ਜਿਸ ਹਿਸਾਬ ਦੇ ਨਾਲ ਪਿਛਲੇ ਕਈ ਦਿਨਾਂ ਤੋਂ TMC ਦੇ ਇੱਕ ਲੀਡਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਵਿਵਾਦ ਪੈਦਾ ਹੋਏ ਨੇ ਹਾਲਾਂਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ TMC ਪਾਰਟੀ ਨੇ ਉਸ ਲੀਡਰ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਵੀ ਦਿੱਤਾ ਪਰ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੇ ਵੀ ਅੱਜ ਇਹ ਗੱਲ ਕਹੀ ਹੈ ਕਿ ਵਿਕਾਸ ਦੇ ਨਾਂ ਤੇ ਵੋਟ ਮਿਲਣੀ ਚਾਹੀਦੀ ਹੈ ਵਿਕਾਸ ਭਾਜਪਾ ਪਾਰਟੀ ਕਰਦੀ ਪਈ ਆ ਵਿਕਾਸ ਇਸ ਵੇਲੇ ਬੀਜੇਪੀ ਕਰ ਰਹੀ ਹੈ ਪਰ ਕਿਉਂ ਇਸ ਵੇਲੇ ਟੀਐਮਸੀ ਜਿਹੜੀ ਪਾਰਟੀ ਆਪਣੇ ਆਪ ਨੂੰ ਉੱਪਰ ਉੱਠਦਾ ਸਮਝ ਰਹੀ ਹੈ ਉੱਠੀ ਵੀ ਹੈ ਕੋਈ ਸ਼ੱਕ ਨਹੀਂ ਪਰ ਇਹਨਾਂ ਜ਼ੋਰ ਹੈ ਕਿ ਭਾਜਪਾ ਦੇ ਮੁਕਾਬਲੇ ਇਸ ਵੇਲੇ ਲੋਕ ਸਭਾ ਦੇ ਚੋਣਾਂ ਵਿੱਚ ਟੀਐਮਸੀ ਪਾਰਟੀ ਉੱਥੇ ਖੜੀ ਹੈ ਜਿੱਥੇ ਬੀਜੇਪੀ ਖੜੀ ਹੈ ਇਹ ਵੀ ਇੱਕ ਸਵਾਲ ਹੈ ਪਰ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ ਜਦੋਂ ਉੱਥੇ ਬਹੁਤ ਸਾਰੇ ਸਿਆਸਤਦਾਨਾਂ ਦਾ ਜ਼ਿਕਰ ਆਉਂਦਾ ਤਾਂ ਕਿਤੇ ਨਾ ਕਿਤੇ ਭਾਜਪਾ ਆਪਣੇ ਆਪ ਨੂੰ ਉੱਪਰ ਸਮਝਦੀ ਹੈ ਹਾਲਾਂਕਿ ਹੈ ਜਾਂ ਨਹੀਂ ਇਹ ਉਥੋਂ ਦੇ ਲੋਕ ਜਾਣਦੇ ਹੋਣਗੇ ਪਰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਜਿਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਕਿਉਂਕਿ ਇੰਡੀਆ ਗੱਠਜੋੜ ਉਹਨੂੰ ਤਾਂ ਬਹੁਤ ਸਾਰੇ ਲੀਡਰ ਕਮੰਡੀਆਂ ਗੱਠਜੋੜ ਦੇ ਨਾਂ ਨਾਲ ਕਰਦੇ ਆ ਇੰਡੀਆ ਗੱਠਜੋੜ ਅਜੇ ਤੱਕ ਪੱਕਾ ਨਹੀਂ ਹੋ ਰਿਹਾ ਕਿ ਕਿਹੜੇ ਸੂਬੇ ਦੇ ਵਿੱਚ ਕਿੰਨੇ ਕਿੰਨੀਆਂ ਸੀਟਾਂ ਤੇ ਲੜਨਾ ਕਿੰਨੇ ਕਿੰਨੀਆਂ ਕਿਹਨੂੰ ਸੀਟਾਂ ਦੇਣੀਆਂ ਪਰ ਇੱਥੇ ਭਾਜਪਾ ਦਾ ਇਕੱਠ ਉਹ ਦਰਸਾ ਰਿਹਾ ਹੈ ਕਿ ਕਿਤੇ ਨਾ ਕਿਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਸਰਗਰਮੀਆਂ ਥੋੜੀਆਂ ਨਹੀਂ ਬਹੁਤ ਜ਼ਿਆਦਾ ਤੇਜ਼ ਕੀਤੀਆਂ ਗਈਆਂ ਤੇ ਸਿਆਸਤਦਾਨ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਸੀ ਜਿਨ੍ਹਾਂ ਦੇ ਵਿੱਚੋਂ ਸਾਬਤ ਵੀ ਹੁੰਦੇ ਆ TMC ਦੇ ਲੀਡਰਾਂ ਤੇ ਉਹ ਕਹਿ ਰਹੇ ਨੇ ਸਾਡੇ ਖਿਲਾਫ ਸਿਆਸੀ ਕਿਡਾਂ ਕੱਡੀਆਂ ਜਾ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਰਟੀਆਂ ਕਦੀ ਖਤਮ ਨਹੀਂ ਹੁੰਦੀਆਂ ਪਾਰਟੀਆਂ ਹਮੇਸ਼ਾ ਹੀ ਉੱਪਰ ਵੱਲ ਉੱਠਦੀਆਂ ਨੇ ਥੋੜਾ ਜਿਹਾ ਕੰਮ ਹੇਠਾਂ ਵੱਲ ਆ ਜਾਂਦਾ ਪਰ ਪਾਰਟੀਆਂ ਫਿਰ ਤੋਂ ਖੜੀਆਂ ਹੋ ਲੈਂਦੀਆਂ ਨੇ ਪਰ ਲੋਕ ਸਭਾ ਦੀਆਂ ਚੋਣਾਂ ਵਿੱਚ ਗੱਲ ਕਿੱਧਰ ਨੂੰ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਸਰਗਰਮੀਆਂ ਤੇਜ਼ ਨੇ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰ ਆਮ ਆਦਮੀ ਪਾਰਟੀ ਵੀ ਕਿਉਂ ਪਿੱਛੇ ਰਵੇ ਅਰਵਿੰਦ ਕੇਜਰੀਵਾਲ ਵਕ ਵਕ ਸੂਬਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਕਹਿੰਦੇ ਆ ਕਿ ਉਹਨਾਂ ਨੇ ਪੰਜਾਬ ਆਉਣਾ ਹੈ ਜਲੰਧਰ ਦੇ ਵਿੱਚ ਵੀ ਇੱਕ ਰੈਲੀ ਰੱਖੀ ਗਈ ਹੈ ਹੁਣ ਉਹਦੇ ਵਿੱਚ ਕਈ ਹੋਰ ਆਮ ਆਦਮੀ ਪਾਰਟੀ ਦੇ ਵਿੱਚ ਕਈ ਸਿਆਸਤਦਾਨ ਹੋਰ ਸ਼ਾਮਲ ਹੋਣ ਦੀ ਸੰਭਾਵਨਾ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਈ ਹੋਰ ਵੱਡੇ ਅਫਸਰ ਵੀ ਆਮ ਆਦਮੀ ਪਾਰਟੀ ਵਿੱਚ ਕੱਲ ਨੂੰ ਸ਼ਾਮਲ ਹੋ ਸਕਦੇ ਨੇ ਹੁੰਦੀ ਹੈ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਇਹਨਾ ਜ਼ਰੂਰ ਹੈ ਪਾਪਾ ਪਾਰਟੀ ਛੱਡ ਕੇ ਵੀ ਕਈ ਦੂਸਰੀਆਂ ਰਾਜਨੀਤਿਕ ਪਾਰਟੀਆਂ ਵਿੱਚ ਜਾਣ ਨੂੰ ਤਿਆਰ ਬੈਠੇ ਆ ਇਹ ਨਹੀਂ ਕਿ ਆਮ ਆਦਮੀ ਪਾਰਟੀ ਵਿੱਚ ਹੀ ਆਉਂਦੇ ਆ ਹੁਣ ਆਮ ਆਦਮੀ ਪਾਰਟੀ ਦੀ ਕੱਲੋ ਇੱਕ ਜਲੰਧਰ ਵਿੱਚ ਰੈਲੀ ਆ ਕਹਿੰਦੇ ਤੇ ਉਹਦੇ ਵਿੱਚ ਭਗਵੰਤ ਸਿੰਘ ਮੱਖ ਮੰਤਰੀ ਪੰਜਾਬ ਤੇ ਅਰਵਿੰਦ ਕੇਜਰੀਵਾਲ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਨਗੇ ਅਸੀਂ ਪਹਿਲੇ ਜ਼ਿਕਰ ਕਰਕੇ ਹਟਿਆ ਕਿ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਨੇ ਕੋਈ ਨਾ ਕੋਈ ਵਿਕਾਸ ਪ੍ਰੋਜੈਕਟਾਂ ਦੇ ਐਲਾਨ ਤੱਕ ਕਰਨੀ ਹੈ ਜੇਕਰ ਝਾਰਖੰਡ ਦੇ ਵਿੱਚ ਕਰੋੜਾਂ ਰੁਪਏ ਪੱਛਮੀ ਬੰਗਾਲ ਦੇ ਵਿੱਚ ਇਸ ਤੋਂ ਪਹਿਲਾਂ ਹੋਰ ਵੀ ਕਈ ਸੂਬਿਆਂ 'ਚ ਐਲਾਨ ਕੀਤੇ ਗਏ ਤ ਸਾਰੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਜ਼ਰੂਰ ਕਰਨਗੀਆਂ ਸੋ ਦੇਖਦੇ ਹਾਂ ਕੱਲ ਇਸ ਰੈਲੀ ਦੇ ਵਿੱਚ ਕੀ ਬਣਦਾ ਪਰ ਇਹਨਾਂ ਜ਼ਰੂਰ ਹੈ ਕਿ ਇਹਨਾਂ ਰੈਲੀਆਂ ਦੇ ਵਿੱਚ ਹੁਣ ਲੋਕਾਂ ਦਾ ਇਕੱਠ ਹੋਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਸਿਆਸਤਦਾਨਾਂ ਨੇ ਆਪਣਾ ਜ਼ੋਰ ਪੂਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜ਼ੋਰ ਦੀ ਗੱਲ ਕਰਦੇ ਹਾਂ ਤਾਂ ਉਧਰਲੇ ਪਾਸੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਬਹੁਤ ਜ਼ੋਰ ਲੱਗਿਆ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂਆਤ ਹੋਈ ਉਹਦੀ ਸ਼ਰਧਾਂਜਲੀਆ ਦਿੱਤੀਆਂ ਗਈਆਂ ਰੂਹਾਂ ਜਿਹੜੀਆਂ ਇਸ ਦੁਨੀਆ ਤੋਂ ਚਲੀਆਂ ਗਈਆਂ ਉਹਦੇ ਵਿੱਚ ਕਈ ਵੱਡੇ ਨਾਮ ਵੀ ਸੀਗੇ ਕਿਸਾਨ ਜਿਹੜਾ ਪਿਛਲੇ ਦਿਨੀ ਨੌਜਵਾਨ ਦੀ ਮੌਤ ਹੋਈ ਹੈ ਉਹਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਮਾਹੌਲ ਵੀ ਥੋੜਾ ਜਿਹਾ ਉੱਥੇ ਗਮਰੀਨ ਸੀਗਾ ਦੂਸਰੇ ਪਾਸੇ ਜਦੋਂ ਗਵਰਨਰ ਸਾਹਿਬ ਨੇ ਭਾਸ਼ਣ ਦੀ ਸ਼ੁਰੂਆਤ ਕੀਤੀ ਤਾਂ ਉਸ ਵੇਲੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕੁੱਲ ਮਿਲਾ ਕੇ ਗਵਰਨਰ ਸਾਹਿਬ ਦਾ ਭਾਸ਼ਣ ਪੂਰਾ ਨਹੀਂ ਹੋਣ ਦਿੱਤਾ ਗਵਰਨਰ ਸਾਹਿਬ ਨੇ ਭਾਸ਼ਣ ਵਿੱਚੇ ਛੱਡ ਦਿੱਤਾ ਹਾਲਾਂਕਿ ਮਾਨਯੋਗ ਸਪੀਕਰ ਕਈ ਵਾਰ ਉੱਠ ਕੇ ਗਵਰਨਰ ਸਾਹਿਬ ਨੂੰ ਮਿਲੇ ਗੱਲਬਾਤ ਵੀ ਕੀਤੀ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਵਿੱਚ ਉੱਠੇ ਉਹ ਪਰ ਗਵਰਨਰ ਸਾਹਿਬ ਕਹਿੰਦੇ ਰਹੇ ਕਿ ਤੁਸੀਂ ਕੋਈ ਨਹੀਂ ਬੈਠੋ ਚਰਚਾ ਕਰਦੇ ਇੱਥੇ ਫਿਰ ਉਹਨਾਂ ਨੇ ਆਪਣੇ ਭਾਸ਼ਣ ਨੂੰ ਜਾਰੀ ਰੱਖਿਆ ਪਰ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਨੇ ਫਿਰ ਵਿੱਚ ਰੋਕਣ ਦਾ ਯਤਨ ਕੀਤਾ ਫਿਰ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਮੁਰਦਾਬਾਦ ਵਾਅਦਿਆਂ ਤੇ ਪੂਰੇ ਨਹੀਂ ਉਤਰਦੇ ਪਏ ਕਿਸਾਨਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਕਿਸਾਨੀ ਦੀ ਗੱਲ ਵੀ ਹੋਈ ਹੈ ਜਸ ਨੌਜਵਾਨ ਦੀ ਮੌਤ ਹੋਈ ਹੈ ਉਹ ਦਿਨ ਨੂੰ ਲੈ ਕੇ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ ਪਹਿਲਾਂ ਇਹਦਾ ਵੀ ਰੌਲਾ ਰਿਹਾ ਫਿਰ 0 ਐਫ ਆਈ ਆਰ ਕਿਉਂ ਦਰਜ ਕੀਤੀ ਗਈ ਹੈ ਇਸ ਦਾ ਵੀ ਰੌਲਾ ਰਿਹਾ ਗਵਰਨਰ ਸਾਹਿਬ ਬਾਰ ਬਾਰ ਕਹਿੰਦੇ ਰਹੇ ਕਿ ਭਾਈ ਇੱਥੇ ਵਿਚਾਰ ਚਰਚਾ ਕਰਾਂਗੇ ਜਦੋਂ ਸਮਾਂ ਆਉਣਾ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਗਵਰਨਰ ਸਾਹਿਬ ਦਾ ਭਾਸ਼ਣ ਹੁੰਦਾ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੁੰਦੀ ਹੈ ਉਹ ਕਹਿੰਦੇ ਭਾਸ਼ਣ ਤੇ ਬਹਿਸ ਕਰ ਲਾਂਗੇ ਤੁਸੀਂ ਚਿੰਤਾ ਘੱਟੋ ਕਰਦੇ ਸੋਮਵਾਰ ਦਾ ਦਿਨ ਰੱਖਿਆ ਉਹਨਾਂ ਨੇ ਕਿਉਂਕਿ ਸ਼ਨੀ ਐਤਵਾਰ ਨੂੰ ਵਿਧਾਨ ਸਭਾ ਦੇ ਵਿੱਚ ਛੁੱਟੀ ਹੈ ਪਰ ਸੋਮਵਾਰ ਨੂੰ ਉੱਥੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਪਰ ਨਹੀਂ ਨਹੀਂ ਚਲਣ ਦਿੱਤਾ ਗਿਆ ਸੈਸ਼ਨ ਇਸ ਮਾਮਲੇ ਤੇ ਬਹੁਤ ਸਾਰੇ ਲੀਡਰ ਜਿਨ੍ਹਾਂ ਨੇ ਬਾਅਦ ਵਿੱਚ ਵਾਕ ਆਊਟ ਕਰ ਦਿੱਤਾ ਕਮਾਲ ਦੀ ਗੱਲ ਇਹ ਹੈ ਕਿ ਕੁਝ ਲੀਡਰ ਬਾਰ ਬਾਰ ਮੰਗ ਕਰਦੇ ਆ ਕਿ ਅਸੀਂ ਮੁੱਦਿਆਂ ਤੇ ਚਰਚਾ ਕਰਨੀ ਹੈ ਤੁਸੀਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੋ ਜਦੋਂ ਸੈਸ਼ਨ ਸੱਦਦੇ ਆ ਤੇ ਬਾਅਦ ਦੇ ਵਿੱਚ ਕਈ ਸਿਆਸਤਦਾਨ ਉੱਠ ਕਿਉਂ ਜਾਂਦੇ ਨੇ ਕਈ ਸਿਆਸਤਦਾਨ ਵਾਕ ਆਊਟ ਕਿਉਂ ਕਰ ਜਾਂਦੇ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰ ਇਸ ਤਰ੍ਹਾਂ ਦੀ ਗੱਲ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਆਦਾ ਕਰਦੇ ਸੀਗੇ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤੇ ਉਧਰਲੇ ਪਾਸੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਇਸ ਤਰ੍ਹਾਂ ਕਿਉਂ ਕਰ ਰਹੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਵੈਸੇ ਤਾਂ ਵਿਰੋਧੀ ਧਿਰ ਦਾ ਇਹ ਮੁੱਖ ਕੰਮ ਹੁੰਦਾ ਕਿ ਸਰਕਾਰ ਦੀ ਜੋ ਕਾਰਜਗੁਜ਼ਾਰੀ ਹੈ ਜੋ ਕੰਮ ਕਰ ਰਹੇ ਨੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਉੱਤੇ ਸਵਾਲ ਖੜੇ ਕਰਨੇ ਚੁੱਕੋ ਇਹ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਨਾਲ ਦੀ ਨਾਲ ਜਦੋਂ ਕੰਮ ਦੀ ਗੱਲ ਹੁੰਦੀ ਹੈ ਤੇ ਉੱਤੇ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਰੇ ਸਿਆਸਤਦਾਨ ਇਹਨੂੰ ਲੈ ਕੇ ਸਵਾਲ ਖੜੇ ਕਰ ਰਹੇ ਵਿਧਾਨ ਸਭਾ ਦੀ ਗੱਲ ਕਰ ਰਹੇ ਸੀ ਤੇ ਇਸ ਵੇਲੇ ਜਦੋਂ ਇਹ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਤੇ ਪਹਿਲਾਂ ਹੀ ੜਕੇ ਪੈਣੇ ਸ਼ੁਰੂ ਹੋ ਚੁੱਕੇ ਨੇ ਅੱਜ ਜਦੋਂ ਕਾਂਗਰਸ ਪਾਰਟੀ ਦੇ ਕਈ ਲੀਡਰ ਵਿਰੋਧ ਕਰ ਰਹੇ ਸੀ ਤਾਂ ਉਸ ਵੇਲੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਹੂਰਾ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਤੇ ਇੱਕ ਇੱਕ ਗੱਲ ਕੱਟ ਕੇ ਰੱਖ ਦਿੱਤੀ ਉਹ ਕਹਿੰਦੇ ਦੇਖੋ ਜੀ ਗਵਰਨਰ ਸਾਹਿਬ ਦਾ ਭਾਸ਼ਣ ਚੱਲਦਾ ਸੀ ਕਾਂਗਰਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਲੋਕਤੰਤਰ ਵਿੱਚ ਪਹਿਲਾਂ ਇਸ ਤਰ੍ਹਾਂ ਕਦੀ ਨਹੀਂ ਹੋਇਆ ਇਹ ਗਲਤ ਹੈ ਲੋਕਤੰਤਰ ਇਸ ਤਰ੍ਹਾਂ ਖਤਰੇ ਵਿੱਚ ਆ ਸਕਦਾ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅਸੀਂ ਹਰਪਾਲ ਸਿੰਘ ਚੀਮਾ ਹੁਰਾਂ ਨੂੰ ਸੁਣਦੇ ਆ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕੀ ਕਿਹਾ ਕਿਸ ਤਰ੍ਹਾਂ ਪੰਜਾਬ 'ਚ ਸਕੂਲ ਆਫ ਫੈਮਿਨਸ ਬਣ ਰਹੇ ਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 ਸਾਲਾਂ ਤੋਂ ਪਾਣੀ ਤੇਲ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਪਹੁੰਚਣਾ ਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਚ ਉਹ ਪਾਣੀ ਪੰਚਾਉਣ ਦਾ ਕੰਮ ਕੀਤਾ ਗਿਆ ਇਹ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅੱਜ ਮਾਝਾ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੰਬੰਧਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਨੂੰ ਰੋਕ ਕੇ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ 'ਚ ਖਲਲ ਪਾ ਕੇ ਅੱਜ ਸਦਨ ਦੀ ਤੋਹਫਤ ਕੀਤੀ ਆ ਇਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਪ੍ਰੋਟੈਸਟ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲਿਆਂ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇਗੀਆਂ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌਂਤ ਹਾਸਲ ਕਰਨ ਦੇ ਲਈ ਸਿਰ ਮੈਂ ਸਮਝਦਾ ਵੀਡੀਓ ਸਿਰ ਲੋਕਾਂ ਜਾਣ ਦੇ ਲਈ ਕਿ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਜ ਦਾ ਬਾਈਕਾਟ ਕੀਤਾ ਗਾ ਚਾਹੀਦਾ ਹੈ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਭਾਸ਼ਣ ਆ ਆ ਗਵਰਨਰ ਸਾਹਿਬ ਦਾ ਭਾਸ਼ਣ ਆ ਇਸ ਗਵਰਨਰ ਸਾਹਿਬ ਦੇ ਭਾਸ਼ਣ ਦੇ ਕੱਲੇ-ਕੱਲੇ ਪੇਜ ਦੇ ਅੰਦਰ ਇੱਕ-ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ-ਕੀ ਪ੍ਰਾਪਤੀਆਂ ਕੀਤੀਆਂ ਤੇ ਲਿਖੀਆਂ ਨੇਗੀਆਂ ਅੱਜ ਉਹ ਭਾਸ਼ਣ ਸੁਣਦੇ ਅੱਜ ਉਹ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤੇ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਜੋਗ ਵਰਨਨ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਹੋਣੀ ਆ ਉਸ ਤੋਂ ਬਾਅਦ ਮਾਨਜੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰੇ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਗਿਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾਅ ਦਿੰਦੇ ਤਾਂ ਅਸੀਂ ਬਿਲਕੁਲ ਹੱਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਲੋਕਤੰਤਰ ਚ ਚੱਕੀਂ ਦੇ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਰ ਦੇ ਅੰਦਰ ਲੋਕਤੰਤਰ ਦੀ ਤੋਹਫਤ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫਤ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਕਿ ਸ਼ੁਭਕਰਨ ਜੀ ਜਿਹੜਾ ਕਿਸਾਨ ਜਿਸ ਕਿਸਾਨ ਦੀ ਹੱਤਿਆ ਜਿਸ ਕਿਸਾਨ ਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈ ਆ ਕਹਿੰਦੇ ਸਭ ਤੋਂ ਪਹਿਲਾਂ ਉਹਨੂੰ ਸ਼ਰਧਾਂਜਲੀ ਦਿੱਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੱਲਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸਦਨ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨੇਗੇ ਜਿਨ੍ਹਾਂ ਨੂੰ ਪਤਾ ਹੈਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਹ ਮਾਨ ਜੋ ਗਵਰਨਰ ਸਾਹਿਬ ਦੇ ਭਾਸ਼ਣ ਰਾਹੀਂ ਸ਼ੁਰੂ ਹੁੰਦਾਗਾ ਇਹ ਟ੍ਰੈਡੀਸ਼ਨ ਸਾਡੀ ਨਹੀਂ ਇਹ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀ ਆ ਇਹ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆਗਾ ਜੋ ਬਧਾਨਕ ਮੁਕਾ ਦੇ ਅੰਦਰ ਲਿਖਿਆ ਗਿਆ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਭਾਸ਼ਣ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਉਹ ਭਾਸ਼ਣ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖੱਲਲ ਪਾਉਣ ਦਾ ਯਤਨ ਕੀਤਾ ਜਦ ਕੇ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਦੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜੇ ਆ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਵੀ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਲਿਖਿਆ ਇਹ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਸੀਗਾ ਜਦੋਂ ਤਿੰਨ ਕਾਲੇ ਕਾਨੂੰਨ ਬਣ ਰਹੇ ਸੀਗੇ ਉਦੋਂ ਜਦੋਂ ਕਮੇਟੀ ਬਣੀ ਹੋਈ ਸੀਗੀ ਜਿਹੜੀ ਨੀਤੀ ਆਯੋਗ ਦੀ ਕਮੇਟੀ ਸੀ ਉਸ ਨੀਤੀ ਆਯੋਗ ਦੇ ਅੰਦਰ ਕਮੇਟੀ ਦੇ ਵਿੱਚ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਰ ਬਿਹਫ ਆਫ ਉਸ ਸਮੇਂ ਦੇ ਸੀਐਮ ਕੈਪਟਨ ਸਾਹਿਬ ਦੇ ਅਧਿਆਪ ਤੇ ਜਾ ਕੇ ਉਥੇ ਹਾਜ਼ਰੀ ਲਵਾ ਕੇ ਆਇਆ ਸੀ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨ ਲਾਗੂ ਕਰਨ ਦੀ ਹਾਂਮੀ ਭਰ ਕੇ ਆਏ ਸੀਗਾ ਇਹ ਪੰਜਾਬ ਜਾਣਦਾ ਪੰਜਾਬ ਦਾ ਜਗ ਜਾਣਦਾ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਕਿ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਨ ਬਿਹਫ ਆਫ ਕੈਪਟਨ ਸਾਹਿਬ ਔਨ ਬਿਹਫ ਆਫ ਕੈਪਟਨ ਕਾਂਗਰਸ ਪਾਰਟੀ ਜਾ ਕੇ ਉੱਥੇ ਬੀਜੇਪੀ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਂਮੀ ਭਰ ਕੇ ਆਏ ਸੀਗੇ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾਗਾ ਹਰਪਾਲ ਸਿੰਘ ਜੀ ਮਾਹੁਰਨ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਗਵਰਨਰ ਸਾਹਿਬ ਦੇ ਭਾਸ਼ਣ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਪਰ ਕਾਂਗਰਸ ਪਾਰਟੀ ਨੇ ਇਹ ਸਾਰਾ ਕੁਝ ਕਿਉਂ ਕੀਤਾ ਐਸੀ ਕਾਂਗਰਸ ਪਾਰਟੀ ਦਾ ਪੱਖ ਵੀ ਦੇਖਣਾ ਕਿਉਂਕਿ ਪੱਤਰਕਾਰਾਂ ਦਾ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਬਾਜਬਾਹੁਰਨ ਨੇ ਵੀ ਗੱਲ ਕੀਤੀ ਅਤੇ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਕੀਤੀ ਹੈ ਸੁਖਵਿੰਦਰ ਕੋਟਲੀ ਹੁਰਾ ਨੇ ਵੀ ਗੱਲਬਾਤ ਕੀਤੀ ਹੋਰ ਵੀ ਕਈ ਸਿਆਸਦਾਂ ਸੀ ਪ੍ਰਗਟ ਸਿੰਘ ਹੁਰਾ ਨੇ ਵੀ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ ਗਲਤ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਇਹਦੇ ਵਿੱਚ ਪਿਛਲੇ ਦਿਨੀ ਕਿਸਾਨ ਨੌਜਵਾਨ ਦੀ ਮੌਤ ਹੁੰਦੀ ਹੈ ਸ਼ੁਭਕਰਮ ਦੀ ਹੁਣ ਉਸ ਤੋਂ ਬਾਅਦ ਪੋਸਟਮਾਰਟਮ ਕਈ ਦਿਨ ਬਾਅਦ ਹੋਇਆ ਹਾਲਾਂਕਿ ਸਰਕਾਰ ਨੇ ਪੇਸ਼ਕਸ਼ ਕੀਤੀ ਸੀ ਕਿ 1 ਕਰੋੜ ਰੁਪਇਆ ਤੇ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦਵਾਂਗੇ ਪਰ ਨਾਲ ਦੀ ਨਾਲ ਇਹ ਵੀ ਗੱਲ ਕਹੀ ਗਈ ਸੀ ਕਿ ਐਫਆਈਆ ਦਰਜ ਕੀਤੀ ਜਾਵੇ ਐਫਆਈਆ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਖਿਲਾਫ ਕਰਨੀ ਚਾਹੀਦੀ ਹੈ ਹਵਾਲਾ ਵੀ ਕਈ ਕੇਸਾਂ ਦਾ ਦਿੱਤਾ ਹੁਣ ਕਾਂਗਰਸ ਪਾਰਟੀ ਇਹ ਮੰਗ ਕਰ ਰਹੀ ਸੀ ਇਸ ਮੰਗ ਨੂੰ ਲੈ ਕੇ ਜਦੋਂ ਦੇਖਿਆ ਕੰਮ ਨਹੀਂ ਬਣਦਾ ਪਿਆ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਨਾਲ ਦੀ ਨਾਲ ਬਾਅਦ ਵਿੱਚ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਗੜਾਏ ਨੇ ਗਵਰਨਰ ਸਾਹਿਬ ਨੂੰ ਵੀ ਪਤਾ ਸੱਚ ਕੀ ਹੈ ਕੰਮ ਹੋਏ ਨਹੀਂ ਇਸ ਕਰਕੇ ਉਹਨਾਂ ਨੇ ਭਾਸ਼ਣ ਵਿੱਚ ਹੀ ਰੋਕ ਦਿੱਤਾ ਅਸਲ ਦੇ ਵਿੱਚ ਕਹਾਣੀ ਕੀ ਸੀ ਅਸੀਂ ਕਾਂਗਰਸ ਪਾਰਟੀ ਦਾ ਪੱਖ ਵੀ ਜਰੂਰ ਇੱਥੇ ਸੁਣਨਾ ਇੱਕ ਨਜ਼ਰ ਪਹਿਲਾਂ ਕਾਂਗਰਸ ਦੇ ਲੀਡਰ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲ ਮਾਰਦੇ ਕਿ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕੀ ਕੀ ਕਿਹਾ ਮੇਰਾ خیال ਤੇ 75 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਹੈ ਕੇ ਗਵਰਨਰ ਸਾਹਿਬ ਨੇ ਆਪਣਾ ਗਵਰਨਰ ਅਡਰੈਸ ਵੇਚੀ ਛੱਡ ਅਸੀਂ ਮਸ਼ਕੂਰ ਆ ਗਵਰਨਰ ਸਾਹਿਬ ਦਾ ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਵੀ ਕਨਸਟੀਟਿਊਸ਼ਨਲ ਹੈਡ ਹੋ ਅਸੀਂ ਤੁਹਾਡਾ ਇੱਜ਼ਤ ਮਾਨ ਤੇ ਸਲਮਾਨ ਕਰਨੇ ਆ ਇਹ ਝੂਠ ਦਾ ਪਲੰਦਾ ਜਿਹੜਾ ਇਹ ਗਵਰਨਰਸ ਅਡਰੈਸ ਜਿਹੜਾ ਗਵਰਨਮੈਂਟ ਨੇ ਛਾਪਿਆ ਟੋਟਲੀ ਝੂਠ ਦਾ ਪਲੰਦਾ ਪੰਜਾਬ ਇਸ ਟਾਈਮ ਇਜ਼ ਅੰਡਰ ਸੀਜ਼ 300 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਪਏ ਨੇ ਹਸਪਤਾਲ ਨੌ ਬੰਦਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਇਹ ਭਗਵੰਤ ਮਾਨ ਦੀ ਸਾਡੇ ਕੋਲ ਖੁਦ ਕੋ ਇੱਕ ਕਲਿੱਪ ਪਈ ਹੈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਕਿਲਿੰਗਸ ਹੋਈਆਂ ਨੇ ਇਹਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਇਹੋ ਜਿਹੀ ਐਫਆਈਆਰ ਐਫਆਈਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ ਕਦੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਹੈ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ تسلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਹਟੂੜ ਦਾ ਪਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈੱਡ ਹੋ ਤੋ ਉਸੇ ਟਾਈਮ ਉਹਨਾਂ ਨੇ ਭਲੰਦਾ ਹੀ ਉਥੇ ਰੱਖ ਇੱਕ ਤਰੀਕਾ ਹੁੰਦਾ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇਣ ਦਾ ਕਿ ਮੈਗਰੀ ਕਰਨਾ ਤੁਹਾਡੀ ਇਸ ਕਰਤੇ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਅਡਰੈਸ ਪੜਨ ਤੋਂ ਹੀ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਭਗਵੰਤ ਮਾਨ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ ਇਹਦਾ ਕਾਰਨ ਹੈ ਕਿ ਹੀ ਹੈਜ਼ ਹੀ ਇਜ਼ ਨੋਟ தி ਸੀਐਮ ਆਫ ਪੰਜਾਬ ਐਨੀ ਮੋਰ ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ ਦੀ ਸੈਂਟਰਲ ਗਵਰਨਮੈਂਟ ਪ੍ਰਤਾਪ ਸਿੰਘ ਬਾਜਵਾ ਹਰੋਂ ਤੁਸੀਂ ਸੁਣਿਆ ਜਿਹੜੀਆਂ ਗੱਲਾਂ ਉਹਨਾਂ ਨੇ ਰੱਖੀਆਂ ਨੇ ਠੀਕ ਹੈ ਉਹਦੇ ਵਿੱਚੋਂ ਕੁਝ ਗੱਲਾਂ ਸਹੀ ਵੀ ਹੋ ਸਕਦੀਆਂ ਨੇ ਪਰ ਇਹਨਾਂ ਜ਼ਰੂਰ ਹੈ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਜੇਕਰ ਵਿਧਾਨ ਸਭਾ ਦਾ ਇਹ ਸੈਸ਼ਨ ਸੱਦਿਆ ਇਹਨੂੰ ਚਲਾਉਣਾ ਵਿਰੋਧੀ ਤੇ ਦੀ ਜ਼ਿੰਮੇਵਾਰੀ ਵੀ ਹੈ ਤੇ ਸਰਕਾਰ ਦੀ ਵੀ ਹੈ ਵਿਰੋਧੀ ਤੇ ਤਾਂ ਮੁੱਖ ਮਕਸਦ ਹੈ ਕਿ ਮੁੱਦਿਆਂ ਤੇ ਚਰਚਾ ਕੀਤੀ ਜਾਵੇ ਪਰ ਇਹ ਨਹੀਂ ਕਿ ਵਾਕ ਆਊਟ ਕਰ ਦਿੱਤਾ ਜਾਵੇ ਇਹ ਨਹੀਂ ਕਿ ਕਿਸੇ ਨੂੰ ਬੋਲਣ ਹੀ ਨਾ ਦਿੱਤਾ ਜਾਵੇ ਇਸ ਕਰਕੇ ਵੀ ਸਵਾਲ ਖੜੇ ਹੋ ਰਹੇ ਨੇ ਸੋ 4 ਤਰੀਕ ਨੂੰ ਹੁਣ ਦੁਬਾਰਾ ਦੇਖਦੇ ਹਾਂ ਜਦੋਂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣੀ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਪਰ ਇਹਨਾਂ ਜ਼ਰੂਰ ਹੈ ਹਾਲਾਤ ਲੱਗਦਾ ਹੈ ਕਿ ਜ਼ਰੂਰ ਨਜ਼ਰ ਆ ਰਹੀ ਨੇ ਅੱਗੇ ਵੱਧਦੇ ਆ ਗੱਲ ਕਰਦੇ ਆ ਗੁਰਮੀਤ ਰਾਮ ਰਹੀਮ ਸਿੰਘ ਦੀ ਗੁਰਮੀਤ ਰਾਮ ਰਹੀਮ ਸਿੰਘ ਇਸ ਵੇਲੇ ਜੇਲ੍ਹ ਦੇ ਬੇਸੀ ਤੋਂ ਹੁਣ ਪੈਰੋਲ ਤੇ ਬਾਹਰ ਹੈ ਬਾਰ-ਬਾਰ ਪੈਰੋਲ ਮਿਲ ਰਹੀ ਹੈ ਇਸ ਨੂੰ ਲੈ ਕੇ ਕਈ ਧਾਰਮਿਕ ਜਥੇਬੰਦੀਆਂ ਨੇ ਸਵਾਲ ਵੀ ਖੜੇ ਕੀਤੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਕਿ ਬਾਰ-ਬਾਰ ਪੈਰੋਲ ਕਿਉਂ ਮਿਲਦੀ ਹੈ ਦਿੱਲੀ ਵਾਲੇ ਪਾਸਿਓਂ ਵੀ ਕਈ ਪਟੀਸ਼ਨਾਂ ਪਾਈਆਂ ਗਈਆਂ ਕਿ ਆਖਰ ਇਹ ਮਜ਼ਾਕ ਸਮਝੇ ਕਿਉਂ بار-बार ਪੈਰੋਲ ਮਿਲਦੀ ਪਈ ਹੈ ਹਾਲਾਂਕਿ ਹਰਿਆਣੇ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਨਿਯਮਾਂ ਦੇ ਮੁਤਾਬਕ ਪੈਰੋਲ ਦੇ ਰਹੇ ਹਾਂ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਪਿਛਲੇ ਦਿਨੀ ਕਿਹਾ ਸੀ ਕਿ ਗੁਰਮੀਤ ਰਾਮ ਰਹਿਮਸ ਦੀ ਕੋਈ ਹਾਰਡ ਕੋਰ ਅਪਰਾਧੀ ਨਹੀਂਗਾ ਇਸ ਕਰਕੇ ਜੋ ਨਿਯਮ ਨੇ ਉਹਦੇ ਅਨੁਸਾਰ ਪੈਰੋਲ ਮਿਲ ਜਾਂਦੀ ਹੈ ਹੁਣ ਪੈਰੋਲ ਕਿਹੜੀ ਇੱਕ ਵਾਰ ਮਿਲੀ ਹੈ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲੀ ਸੀ ਉਸ ਵੇਲੇ ਕਿਹਾ ਗਿਆ ਕਿ ਉਹਨਾਂ ਦੀ ਮਾਤਾ ਜੀ ਬਿਮਾਰ ਹੈ ਇਸ ਕਰਕੇ ਪੈਰੋਲ ਦੀ ਇਜਾਜ਼ਤ ਦਿੱਤੀ ਦੂਸਰੀ ਵਾਰ 21 ਮਈ 2021 ਨੂੰ ਫਿਰ 1 ਦਿਨ ਦੀ ਪੈਰੋਲ ਮਿਲੀ ਹੈ ਉਦੋਂ ਵੀ ਮਾਤਾ ਬਿਮਾਰ ਸੀਗੇ ਪਰ ਜਦੋਂ 7 ਫਰਵਰੀ 2022 ਨੂੰ 21 ਦਿਨ ਦੀ ਪੈਰੋਲ ਮਿਲਦੀ ਹੈ ਉਸ ਤੋਂ ਬਾਅਦ ਜੂਨ 2022 ਦੇ ਵਿੱਚ 30 ਦਿਨ ਦੀ ਪੈਰੋਲ ਫਿਰ ਅਕਤੂਬਰ 2022 ਚ 40 ਦਿਨ ਦੀ ਪੈਰੋਲ 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ 20 ਜੁਲਾਈ 2023 ਨੂੰ 30 ਦਿਨ ਦੀ ਪੈਰੋਲ ਨਵੰਬਰ 2023 ਦੇ ਵਿੱਚ 21 ਦਿਨ ਦੀ 19 ਜਨਵਰੀ 2024 ਵਿੱਚ 50 ਦਿਨ ਦੀ ਤੇ ਹੁਣ ਕੁਝ ਕੁ ਦਿਨਾਂ ਤੱਕ ਫਿਰ ਜੇਲ੍ਹ 'ਚ ਰਾਮ ਰਹੀਮ ਨੇ ਚੱਲ ਜਣਾ ਪਰ ਉਸ ਤੋਂ ਬਾਅਦ ਸਵਾਲ ਹੀ ਉੱਠਤੇ ਆ ਕਿ ਇੰਨੀ ਕਿ ਪ੍ਰਕਿਰਿਆ ਨੂੰ ਸੌਖਾ ਕਿਉਂ ਕੀਤਾ ਗਿਆ ਹਾਲਾਂਕਿ ਜਦੋਂ ਜਦੋਂ ਵੀ ਇਹ ਪੈਰੋਲ ਮਿਲੀ ਹੈ ਕੋਈ ਨਾ ਕੋਈ ਵੋਟਾਂ ਜ਼ਰੂਰ ਸੀਗੀਆਂ ਕਿਥੇ ਵੇਲੇ ਰਾਜਸਥਾਨ ਦੀਆਂ ਵੋਟਾਂ ਸੀ ਕਿਸੇ ਵੇਲੇ ਨਗਰਪ੍ਰੀਸ਼ਦ ਦੀਆਂ ਵੋਟਾਂ ਸੀ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਰਹੀਆਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਸੀ ਮਤਲਬ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕੜੀ ਜੁੜਦੀ ਰਹੀ ਹੈ ਹਰਿਆਣਾ ਦੇ ਵਿੱਚ ਆਦਮਪੁਰ ਦੇ ਵਿੱਚ ਵੀ ਉਪਚੋਣ ਸੀ ਜਦੋਂ ਇੱਕ ਵਾਰ ਪੈਰੋਲ ਮਿਲੀ ਸੀ ਫਿਰ ਕਿਤੇ ਨਾ ਕਿਤੇ ਸਿੱਧਾ ਸਬੰਧ ਕੀ ਵੋਟਾਂ ਨਾਲ ਜੁੜਦਾ ਕਿ ਇਸੇ ਕਰਕੇ ਪੈਰੋਲ ਮਿਲਦੀ ਹੈ ਇਹ ਕਈ ਤਰ੍ਹਾਂ ਦੇ ਸਵਾਲ ਸਮੇਂ-ਸਮੇਂ ਤੇ ਖੜੇ ਹੋਏ ਪਰ ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਸਖਤ ਨੋਟਿਸ ਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਕੋਰਟ ਦੀ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਪੈਰੋਲ ਨਹੀਂ ਦਿੱਤੀ ਜਾ ਸਕਦੀ ਨਾਲ ਇਹ ਵੀ ਪੁੱਛਿਆ ਕਿ ਪੈਰੋਲ ਕੀ ਲਾਭ ਦੇਣ ਦੇ ਲਈ ਕੀਤੀ ਜਾਂਦੀ ਹੈ ਕਿ ਸਿਆਸੀ ਤੌਰ ਤੇ ਕੋਈ ਨਾ ਕੋਈ ਫਾਇਦਾ ਦੇਣ ਦੀ ਕੋਸ਼ਿਸ਼ ਹੁੰਦੀ ਹੈ ਜਾਂ ਫਾਇਦਾ ਲੈਣ ਦੀ ਕੋਸ਼ਿਸ਼ ਹੁੰਦੀ ਹੈ ਕਿਤਨਾ ਕਿਤੇ ਤਾਂ ਕੁਝ ਹੋਣਾ ਹੀ ਹੈ ਕਿਉਂਕਿ ਜਦੋਂ ਵੀ ਦੋਕਵਾਰ ਪੈਰੋਲ ਮਿਲੀ ਹੈ ਉਹਦੇ ਵਿੱਚੋਂ ਇੱਕ ਵਾਰ ਜਦੋਂ ਆਨਲਾਈਨ ਸਦਸੰਹ ਚੱਲਦਾ ਪਿਆ ਸੀ ਉਹਦੇ ਵਿੱਚ ਭਾਜਪਾ ਪਾਰਟੀ ਦੇ ਕਈ ਲੀਡਰ ਵੀ ਸ਼ਾਮਲ ਹੋਏ ਤਾਂ ਫਿਰ ਕਿਉਂ ਨਹੀਂ ਕੜੀ ਜਾ ਕੇ ਜੁੜ ਜਾਂਦੀ ਕੁਝ ਨਾ ਕੁਝ ਤਾਂ ਹੋਣਾ ਹੀ ਹੈ ਨਾ ਹਰਿਆਣਾ ਸਰਕਾਰ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਜਦੋਂ ਅਦਾਲਤ ਵਿੱਚ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਰਾਮ ਨਹਿਮ ਕਿਹੜਾ ਕੋਈ ਹਾਰਡ ਕੋਰ ਅਪਰਾਧੀ ਹੈ ਤਾਂ ਫਿਰ ਸਵਾਲ ਖੜੇ ਹੁੰਦੇ ਨੇ ਕਿ ਦੋ ਸਾਧਵੀਆਂ ਨਾਲ ਬਲਾਤਕਾਰ ਦਾ ਮਾਮਲਾ 10-10 ਸਾਲ ਦੀ ਉਹਦੇ ਵਿੱਚ ਕੈਦ ਆ ਫਿਰ ਉਸ ਤੋਂ ਇਲਾਵਾ ਛਤਰਪਤੀ ਵਾਲਾ ਮਾਮਲਾ ਪੱਤਰਕਾਰ ਹੱਤਿਆ ਦਾ ਮਾਮਲਾ ਉਹਦੇ ਵਿੱਚ ਵੀ ਕੈਦ ਦੀ ਸਜ਼ਾ ਉਸ ਤੋਂ ਬਾਅਦ ਡਰਾਈਵਰ ਵਾਲਾ ਮਾਮਲਾ ਮਾਮਲੇ ਤਾਂ ਹੋਰ ਵੀ ਕਈ ਲਟਕਦੇ ਨੇ ਪਰ ਇਹ ਸਾਰਾ ਕੁਝ ਹੁੰਦੇ باوجود ਵੀ ਆਖਰ ਕੀ ਕਾਰਨ ਹੈ ਕਿ ਇਸ ਦੇ ਵਿੱਚ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਸਵਾਲ ਬਹੁਤ ਵਾਰ ਕਈ ਤਰ੍ਹਾਂ ਦੇ ਖੜੇ ਹੋਏ ਆ ਪਰ ਆਉਣ ਵਾਲੇ ਸਮੇਂ ਚ ਦੇਖਦੇ ਗੱਲ ਕਿੱਦਾਂ ਨੂੰ ਜਾਂਦੀ ਹੈ ਜੇਕਰ ਅਦਾਲਤ ਨੇ ਕਹਿਤਾ ਕਿ ਸਾਡੀ ਇਜਾਜ਼ਤ ਤੋਂ ਬਿਨਾ ਨਹੀਂ ਪੈਰੋਲ ਦਿੱਤੀ ਜਾ ਸਕਦੀ ਤਾਂ ਦੇਖਦੇ ਕਹਾਣੀ ਕੀ ਬਣਦੀ ਹੈ ਹਾਂ ਇੱਕ ਚੀਜ਼ ਹੋ ਰਹਾ ਇੱਥੇ ਹਰਿਆਣਾ ਸਰਕਾਰ ਨੇ ਕੁਝ ਹੋਰ ਕੈਦੀ ਨੇ 11 ਮਾਰਚ ਤੱਕ ਉਹਨਾਂ ਦਾ ਡਾਟਾ ਵੀ ਮੰਗਿਆ ਨਾਲ ਇਹ ਵੀ ਗੱਲ ਕਹੀ ਹੈ ਕਿ ਇਹ ਅਧਿਕਾਰ ਸਿਰ ਵੇਕੀ ਕੈਦੀ ਲਈ ਆ ਬਾਕੀ ਕੈਦੀਆਂ ਲਈ ਕਿਉਂ ਨਹੀਂ ਫਿਰ ਮੁੱਦਾ ਪੰਜਾਬ ਦੇ ਵਿੱਚ ਵੀ ਆ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਹਿੰਦੀ ਹੈ ਕਿ ਜੇਕਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਹਾਈ ਮਿਲਦੀ ਪਈ ਪੰਜਾਬ ਦੇ ਵਿੱਚ ਕੁਸ਼ਕ ਬੰਦੀ ਸਿੰਘ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਹਾਲਤ ਠੀਕ ਨਹੀਂ ਹਾਲਾਤ ਠੀਕ ਨਹੀਂ ਪਰ ਕੁੰਡੀਆਂ ਆੜੀਆਂ ਨੇ ਕਈ ਜਗ੍ਹਾ ਤੇ ਆਮ ਆਦੀ ਪਾਰਟੀ ਦੇ ਉੱਪਰ ਵੀ ਕਈ ਤਰ੍ਹਾਂ ਦੇ ਦਿੱਲੀ 'ਚ ਦੋਸ਼ ਲੱਗਦੇ ਆ ਪਰ ਸਵਾਲ ਇਹ ਨਹੀਂ ਕਿ ਕਿਸੇ ਰਾਜਨੀਤਿਕ ਪਾਰਟੀ ਦੀ ਗੱਲ ਹੈ ਜੇਕਰ ਇੱਕ ਕੈਦੀ ਨੂੰ ਪੈਰੋਲ ਮਿਲ ਸਕਦੀ ਹੈ ਤੇ ਦੂਸਰਿਆਂ ਨੂੰ ਕਿਉਂ ਨਹੀਂ ਇਹਨੂੰ ਲੈ ਕੇ ਕਈ ਵਾਰ ਵਿਵਾਦ ਪਹਿਲਾਂ ਵੀ ਬਣਿਆ ਹੁਣ ਵੀ ਹੋ ਗਿਆ ਤੇ ਜੇਕਰ ਆਉਣ ਵਾਲੇ ਸਮੇਂ ਚ ਫਿਰ ਪਰੋਲ ਦੇਣ ਦੀ ਗੱਲ ਹੋ ਗਈ ਤਾਂ ਕਈ ਅਫਸਰਾਂ ਦੇ ਉੱਪਰ ਹੋ ਸਕਦਾ ਗਾਜ ਵੀ ਡਿੱਗ ਜਵੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਪਿਛਲੇ ਸਮੇਂ ਦੇ ਦੌਰਾਨ ਅਦਾਲਤਾਂ ਦੇ ਕੁਝ ਕੁ ਫੈਸਲਿਆਂ ਨੇ ਲੋਕਾਂ ਦਾ ਮਨ ਤੇ ਧਿਆਨ ਆਪਣੇ ਵੱਲ ਖਿੱਚਿਆ ਉਹ ਫੈਸਲੇ ਲੋਕਾਂ ਲਈ ਚੰਗੇ ਮੰਨੇ ਜਾਂਦੇ ਸੀ ਨਿਆਂ ਦੇ ਉੱਪਰ ਵਿਸ਼ਵਾਸ ਹੋਰ ਗੁੜਾ ਹੋਇਆ ਚਾਹੇ ਇਲੈਕਟ੍ਰੋਨ ਬਾਂਡ ਦਾ ਮਾਮਲਾ ਹੋਵੇ ਚਾਹੇ ਉਸ ਤੋਂ ਬਾਅਦ ਹੋਰ ਵੀ ਕਈ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਗੁਜਰਾਤ ਦਾ ਮਾਮਲਾ ਸੀਗਾ ਹੁਣ ਜਦੋਂ ਉੱਥੇ ਇੱਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਜੇਲ੍ਹ ਦੇ ਬੇਸੀਰ ਨੂੰ ਤਰਸ ਦੇ ਆਧਾਰ ਤੇ ਛੱਡ ਦਿੱਤਾ ਗਿਆ ਸੀ ਅਦਾਲਤ ਨੇ ਉਸ ਮਾਮਲੇ ਵਿੱਚ ਵੀ ਸੁਣਵਾਈ ਕੀਤੀ ਹੈ ਆ ਪਿਛਲੇ ਦਿਨਾਂ ਦੇ ਦੌਰਾਨ ਵੀ ਜਦੋਂ ਚੀਫ ਜਸਟਿਸ ਆਫ ਇੰਡੀਆ ਨੇ ਇੱਕ ਅਹਿਮ ਫੈਸਲਾ ਲਿਆ ਤਾਂ ਉਸ ਵੇਲੇ ਵੀ ਕਈਆਂ ਦੇ ਰੌਂਕਟੇ ਖੜੇ ਹੋਏ ਕਈਆਂ ਨੇ ਦੇਖਿਆ ਫੈਸਲਾ ਤਾਂ ਚੰਗਾ ਸੋ ਇਸ ਤਰ੍ਹਾਂ ਅਦਾਲਤਾਂ ਦੇ ਉੱਪਰ ਯਕੀਨਤਾ ਜ਼ਰੂਰ ਬਣਦਾ ਹੈ ਹੋਰ ਥੋੜਾ ਵਿਸ਼ਵਾਸ ਬਣਿਆ ਪਰ ਇਸ ਮਾਮਲੇ ਵਿੱਚ ਹੁਣ ਕੀ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਦੂਸਰੇ ਪਾਸੇ ਗੱਲ ਕਰਨੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾਂ ਦੀ ਚਰਨਜੀਤ ਸਿੰਘ ਚੰਨੀ ਹੁਰਾਂ ਨੂੰ ਲੈ ਕੇ ਅੱਜ ਇੱਕ ਖਬਰ ਸਾਹਮਣੇ ਆਈ ਉਹ ਕਹਿੰਦੇ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਤੇ 2 ਕਰੋੜ ਰੁਪਈਆ ਉਹਨਾਂ ਤੋਂ ਮੰਗਿਆ ਗਿਆ ਚਰਨਜੀਤ ਸਿੰਘ ਚੰਨੀ ਦੇਖੋ ਸਾਬਕਾ ਮੁੱਖ ਮੰਤਰੀ ਨੇ ਜੇਕਰ ਇਸ ਤਰ੍ਹਾਂ ਉਹਨਾਂ ਦੇ ਕੋਲੋਂ ਫੋਨ ਕਰਕੇ ਕੋਈ ਉਹਨਾਂ ਨੂੰ ਧਮਕੀ ਦਿੰਦਾ ਤਾਂ ਮਸਲਾ ਗੰਭੀਰ ਹੈ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ ਹੈ ਦੋਸ਼ ਕੀ ਲੱਗੇ ਸੀ ਕਿ ਸਿਕਿਉਰਿਟੀ ਘਟੀ ਹੈ ਇਸ ਕਰਕੇ ਕਤਲ ਹੋਇਆ ਹਰਿਆਣਾ ਦੇ ਵਿੱਚ ਵੀ ਆ ਕੁਐਸਚਨ ਪਹਿਲਾਂ ਇੱਕ ਕਤਲ ਹੋਇਆ ਪਰ ਉਹ ਸਿਕਿਉਰਿਟੀ ਕਰਕੇ ਨਹੀਂ ਸੀ ਉੱਥੇ ਕਿਹਾ ਗਿਆ ਸੀ ਕਿ ਗਨਮੈਨ ਮੰਗੇ ਸੀਗੇ ਪੁਲਿਸ ਨੂੰ ਦੱਸਿਆ ਸੀ ਡੀਜੀਪੀ ਸਾਹਿਬ ਨੂੰ ਪਤਾ ਸੀ ਸਰਕਾਰ ਨੂੰ ਪੁੱਛਿਆ ਸੀ ਪਰ ਉਹਨਾਂ ਨੇ ਸਿਕਿਉਰਿਟੀ ਨਹੀਂ ਦਿੱਤੀ ਉੱਥੋਂ ਦੇ ਗ੍ਰਹਿ ਮੰਤਰੀ ਸਾਹਿਬ ਕਹਿੰਦੇ ਸੀ ਕਿ ਹਾਂ ਮੈਨੂੰ ਕਿਹਾ ਤਾਂ ਸੀ ਪਰ ਮੇਰੇ ਕੋਲ ਕਿਹੜਾ ਕੋਈ ਚੱਲ ਕੇ ਆਇਆ ਫਿਰ ਕੀ ਸਾਰਿਆਂ ਦੇ ਕੋਲ ਚੱਲ ਕੇ ਜਾਣਾ ਜ਼ਰੂਰੀ ਹੁੰਦਾ ਸਵਾਲੇ ਵੀ ਸੀਗਾ ਪਰ ਇੱਥੇ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਦਾ ਜ਼ਿਕਰ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਫੋਨ ਕਾਲ ਆਈ ਹੈ ਤੇ WhatsApp ਤੇ ਸੁਨੇਹਾ ਆਇਆ ਕਿ ਜੇਕਰ 2 ਕਰੋੜ ਰੁਪਈਆ ਸਾਨੂੰ ਹੁਣੇ ਨਾ ਦਿੱਤਾ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੋ ਤੇ ਇਹ ਵੀ ਗੱਲ ਕਹੀ ਹੈ ਚੰਨੀ ਸਾਹਿਬ ਕਹਿੰਦੇ ਉਹ ਫੋਨ ਆਇਆ ਸੀਗਾ ਮੈਂ ਤਾਂ ਕਹਿਤਾ ਭਾਈ 2 ਕਰੋੜ ਤੁਸੀਂ ਗਲਤ ਫੋਨ ਲਗਾ ਲਿਆ ਮੇਰੇ ਕੋਲ ਤਾਂ ਇੰਨੇ ਹੈ ਹੀ ਨਹੀਂ ਤੇ ਬਾਅਦ ਦੇ ਵਿੱਚ ਕਹਿੰਦੇ ਆ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਨਾਲ ਦੀ ਨਾਲ ਡੀਆਈਜੀ ਹੁਰਾਂ ਨੂੰ ਵੀ ਸਕਰੀਨਸ਼ਾਟ ਭੇਜ ਦਿੱਤੇ ਗਿਆ ਫੋਨ ਜਿਹੜਾ ਆਇਆ ਸੀਗਾ ਉਹ ਨੰਬਰ ਭੇਜ ਦਿੱਤਾ ਗਿਆ ਤੇ ਇਹਦੀ ਜਾਂਚ ਹੁਣੀ ਚਾਹੀਦੀ ਹੈ ਦੇਖੋ ਮਸਲਾ ਤਾਂ ਗੰਭੀਰ ਹੈ ਪਰ ਦੂਸਰੇ ਪਾਸੇ ਜੇਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹੁਰਾਂ ਨੂੰ ਫੋਨ ਕਰਕੇ ਕੋਈ ਧਮਕੀ ਦੇ ਸਕਦਾ ਪੈਸੇ ਮੰਗ ਸਕਦਾ ਰੰਗਦਾਰੀ ਮੰਗ ਸਕਦਾ ਤੇ ਆਮ ਬੰਦਾ ਕੀ ਕਰੂਗਾ ਆਮ ਬੰਦੇ ਨੂੰ ਤਾਂ ਫੇਰ ਫੋਨ ਕਈਆਂ ਨੂੰ ਆ ਹੀ ਜਾਂਦੇ ਆ ਹੁਣ ਦੇਖਦੇ ਆ ਇਸ ਮਾਮਲੇ ਵਿੱਚ ਵੀ ਕੀ ਬਣਦਾ ਪਰ ਜਦੋਂ ਚਰਨਜੀਤ ਸਿੰਘ ਚੰਨੀ ਹੁਰਾਂ ਦਾ ਜ਼ਿਕਰ ਕਰਦੇ ਆ ਤੇ ਨਾਲ ਗੋਆਲੀ ਜ਼ਮੀਨ ਨਾਲ ਗੱਲ ਫੇਰ ਜਾਂਦੀ ਲੱਗਦੀ ਆ ਕਿਉਂਕਿ ਗੋਆ ਦੇ ਵਿੱਚ ਇੱਕ ਕੰਪਨੀ ਨੇ ਜ਼ਮੀਨ ਲੀਸ ਤੇ ਲਈ ਸੀ ਤੋਂ ਪੰਜਾਬ ਸਰਕਾਰ ਦੀ ਜ਼ਮੀਨ ਸੀਗੀ ਕਹਿੰਦੇ ਆ ਕਿ ਉਸ ਜ਼ਮੀਨ ਨੂੰ ਸਸਤੇ ਭਾਅ ਦੇ ਵਿੱਚ ਦਿੱਤਾ ਗਿਆ ਹੁਣ ਇਹ ਮਾਮਲਾ ਪਹਿਲੀ ਵਾਰ ਨਹੀਂ ਉੱਠਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੂਰਾ ਨੇ ਇਹ ਮਾਮਲਾ ਪਹਿਲਾਂ ਵੀ ਚੁੱਕਿਆ ਸੀ ਹੁਣ ਫਿਰ ਇੱਕ ਵਾਰ ਚਰਚਾ ਦੇ ਵਿੱਚ ਹੈ ਕਹਿੰਦੇ ਆ ਕਿ ਇਸ ਮਾਮਲੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੂਰਾਂ ਤੋਂ ਪੁੱਛ ਕੇ ਛੋਹ ਸਕਦੀ ਹੈ ਕਿਉਂਕਿ 8 ਏਕੜ ਤੋਂ ਵੱਧ ਇਹ ਜ਼ਮੀਨ ਸੀ ਤੇ ਇਹਨੂੰ 1,11,000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਲੀਸਤੇ ਦਿੱਤਾ ਗਿਆ ਜਦ ਕਿ ਇਹਦਾ ਮੁੱਲ ਬਾਧੂ ਬਣਦਾ ਸੀਗਾ ਹੋਰ ਜ਼ਿਆਦਾ ਕੀਮਤ ਮਿਲ ਸਕਦੀ ਸੀ ਕਿਉਂਕਿ ਸਮੁੰਦਰ ਦੇ ਬਿਲਕੁਲ ਕਿਨਾਰੇ ਦੇ ਹਿੱਤੇ ਜ਼ਮੀਨ ਹੈ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਹਾਲਾਂਕਿ ਜਦੋਂ ਸਰਕਾਰ ਬਦਲਦੀ ਹੈ ਅਫਸਰ ਉਹੀ ਰਹਿੰਦੇ ਆ ਅਫਸਰਾਂ ਦੇ ਕੋਲ ਡਾਟਾ ਡੂਟਾ ਸਾਰਾ ਹੁੰਦਾ ਤੇ ਉਹ ਜਾਣਕਾਰੀਆਂ ਸਾਂਝੀਆਂ ਕਰ ਦਿੰਦੇ ਆ ਆ ਹੁਣ ਸੁਖ ਵਿਲਾਸ ਵਾਲੇ ਮਾਮਲੇ ਵਿੱਚ ਹੋਟਲ ਦੇ ਮਾਮਲੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਜਿਸ ਤਹਾਂਬ ਦੇ ਨਾਲ ਦੋਸ਼ ਲੱਗੇ ਨੇ ਹਾਲਾਂਕਿ ਦੋ ਸਹੀ ਹੈ ਜਾਂ ਨਹੀਂ ਉਹ ਅਦਾਲਤ ਨੇ ਤੈਅ ਕਰਨਾ ਅਸੀਂ ਉੱਤੇ ਵੀ ਜ਼ਿਕਰ ਕਰਾਂਗੇ ਪਰ ਚਰਨਜੀਤ ਸਿੰਘ ਚੰਨੀ ਹੋਰਾਂ ਦੀਆਂ ਮੁਸ਼ਕਲਾਂ ਜਿਸ ਇਸ ਹਸਾਬ ਨਾਲ ਵਧੀਆਂ ਜਾ ਰਹੀਆਂ ਨੇ ਆਉਂਦੇ ਸਮੇਂ 'ਚ ਹੋ ਸਕਦਾ ਵਿਜੀਲੈਂਸ ਉਹਨਾਂ ਤੋਂ ਇੱਕ ਵਾਰ ਫਿਰ ਤੋਂ ਪੁੱਛਗਿੱਛ ਕਰ ਸਕਦੀ ਹੈ ਕਿਉਂਕਿ ਗੋਆ ਵਿੱਚ ਜਿਹੜੀ ਜ਼ਮੀਨ ਦਾ ਮਾਮਲਾ ਸੀਗਾ ਉਹ ਇਸ ਵੇਲੇ ਭਗਤਾ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਜੇ ਸੁਖ ਵਿਲਾਸ ਦੀ ਗੱਲ ਕਰਦੇ ਆ ਤਾਂ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਦੋਸ਼ ਲੱਗੇ ਆ ਕਿ ਉਹਨਾਂ ਨੇ 108 ਕਰੋੜ ਰੁਪਇਆ ਜਬਾਦਲ ਪਰਿਵਾਰ ਦੇ ਉੱਪਰ ਇਹ ਦੋਸ਼ ਲੱਗੇ ਕਿ 108 ਕਰੋੜ ਰੁਪਇਆ ਬਚਾਇਆ ਕਿਸੇ ਨਾ ਕਿਸੇ ਤਰੀਕੇ ਇੱਧਰ ਉੱਧਰ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਮਾਮਲਾ ਇਹ ਵੀ ਗੰਭੀਰ ਹੈ ਮਾਮਲਾ ਅਦਾਲਤ ਵਿੱਚ ਹੈ ਕੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਕੁਸ਼ਕ ਵੱਡੇ ਲੀਡਰਾਂ ਦੇ ਖਿਲਾਫ ਅਸੀਂ ਖੁਲਾਸੇ ਕਰਾਂਗੇ ਇਹ ਖੁਲਾਸੇ ਉਦੋਂ ਕੀਤੇ ਗਏ ਹੈ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਕੁਸ਼ਕ ਲੀਡਰ ਕੁਸ਼ਕ ਲੀਡਰ ਪੰਜਾਬ ਸਰਕਾਰ ਦੇ ਉੱਪਰ ਸਵਾਲ ਖੜੇ ਕਰਦੇ ਨੇ ਦੋਸ਼ ਲਗਾਉਂਦੇ ਪਏ ਐ ਤੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਵੀ ਅੱਗੇ ਉਹ ਸਬੂਤ ਕੱਢ ਕੇ ਰੱਖ ਦਿੱਤੇ ਹਾਲਾਂਕਿ ਇਸ ਮਾਮਲੇ ਵਿੱਚ ਕੌਣ ਸੱਚਾ ਕੌਣ ਝੂਠਾ ਇਹ ਅਦਾਲਤ ਨੇ ਤੈਅ ਕਰਨਾ ਪਰ ਜਿਹੜੀ ਗੱਲ ਨਿਕਲੀ ਆ ਕਿ ਉੱਥੇ ਇੱਕ ਪਾਲਿਸੀ ਬਣਾਈ ਗਈ ਸੀ ਉਸ ਪਾਲਿਸੀ ਦੇ ਵਿੱਚ ਵੀ ਧੋਖਾ ਹੋਇਆ ਨਿਜਮ ਹੀ ਬਦਲ ਦਿੱਤੇ ਗਏ ਸੀਗੇ ਤੇ ਇਹ ਮੁਸ਼ਕਲਾਂ ਕਿਤੇ ਨਾ ਕਿਤੇ ਤਾਂ ਸੁਖਵੀਰ ਸਿੰਘ ਬਾਦਲ ਹੁਰਾਂ ਦੀਆਂ ਚੋਣਾਂ ਤੋਂ ਪਹਿਲਾਂ ਵੱਸ ਸਕਦੀਆਂ ਨੇ ਨਾ ਜੇਕਰ ਇਤਾਂ ਦੀ ਕੋਈ ਗੱਲ ਨਹੀਂ ਗਈ ਹਾਲਾਂਕਿ ਕੱਲ ਸ਼ਰੋਮਣੀ ਕਾਲੀਦਾਲ ਵਾਲੇ ਪਾਸਿਓਂ ਆਰਸ਼ਦੀਪ ਸਿੰਘ ਕਲੀਅਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਇਹ ਤਾਂ ਦੋਸ਼ ਹੀ ਝੂਠੇ ਨੇ ਇਦਾਂ ਤਾਂ ਕੋਈ ਗੱਲ ਨਹੀਂ ਗਈ ਸੁਖਵੀਰ ਸਿੰਘ ਬਾਦਲ ਕਹਿੰਦੇ ਮਾਨਹਾਨੀ ਦਾ ਪਰਚਾ ਕਰਨਾ ਤਿਆਰ ਹੋ ਜੋ ਜਾਂ ਫੇਰ ਮਾਫੀ ਮੰਗ ਲਓ ਇਹ ਪਹਿਲੀ ਵਾਰ ਨਹੀਂ ਕਿਹਾ ਗਿਆ ਇਸ ਤੋਂ ਪਹਿਲਾਂ ਵੀ ਕਿਹਾ ਗਿਆ ਸੁਖਵिलास ਦੀ ਗੱਲ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਹੋਈ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਜਿਨ੍ਹਾਂ ਨੇ ਰੱਜ ਕੇ ਖਾਦਾ ਪਚਾ ਵੀ ਲਿਆ ਬਹੁਤ ਸਾਰੇ ਅਫਸਰ ਵੀ ਇੱਥੇ ਸ਼ਾਮਲ ਹੈਗੇ ਆ ਉਹਨਾਂ ਦੇ ਇੱਕ ਇੱਕ ਕਰਕੇ ਨਾਮ ਹੋਰ ਸਾਹਮਣੇ ਲਿਆਉਣੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵੀ ਦਾਵਾ ਕੀਤਾ ਪਰ ਇਹਨਾਂ ਦੇ ਵਿੱਚੋਂ ਰਿਕਵਰੀ ਹੁੰਦੀ ਹੈ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਘਾਟਾ ਪਿਆ ਉਹਨਾਂ ਤੋਂ ਵਸੂਲੇ ਵੀ ਜਾਂਦੇ ਆ ਜਾਂ ਫਿਰ ਹਵਾ ਦੇ ਵਿੱਚ ਤੀਰ ਮਾਰ ਕੇ ਛੱਡ ਦੇਣਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਕਿ ਮੁਸ਼ਕਲਾਂ ਇੱਥੇ ਕਈ ਲੀਡਰਾਂ ਦੀਆਂ ਵਧੀਆਂ ਹੋਈਆਂ ਨੇ ਸੁਖਵੀਰ ਸਿੰਘ ਬਾਦਲਹੂਰਾ ਨੇ ਅੱਜ ਫਿਰ ਦਾਵਾ ਕੀਤਾ ਉਹ ਕਹਿੰਦੇ ਜੇ ਤੁਸੀਂ ਇਹ ਕਹਿੰਨੇ ਪਏ ਤਾਂ 2 ਸਾਲ ਤੋਂ ਕੀ ਕਰਦੇ ਸੀਗੇ ਕਿਉਂ ਨਹੀਂ ਕਾਰਵਾਈ ਕੀਤੀ ਕਾਨੂੰਨੀ ਕਾਰਵਾਈ ਕਰਨੀ ਸੀ ਤਾਂ 2 ਸਾਲ ਤੋਂ ਕਰ ਦਿੰਦੇ ਪਰ ਸਵਾਲ ਤਾਂ ਕਿ ਤਰ੍ਹਾਂ ਕਿਤੇ ਉਹ ਵੀ ਸਹੀ ਲੱਗਦਾ ਪਿਆ ਸ਼ਰੋਮਣੀ ਕਾਲੀਦਲ ਦੀ ਹੋਰ ਪ੍ਰਤੀਕਿਰਿਆ ਕੀ ਆਉਂਦੀ ਹੈ ਇਹਦੀ ਉਡੀਕ ਜ਼ਰੂਰ ਹੈ ਕਿਉਂਕਿ ਪ੍ਰੈਸ ਕਾਨਫਰੰਸ ਕਰਨ ਦੀ ਸੰਭਾਵਨਾ ਉਹਨਾਂ ਦੀ ਅੱਜ ਸੀ ਪਰ ਹੋਈ ਨਹੀਂ ਪਰ ਦੇਖਦੇ ਹਾਂ ਆਉਂਦੇ ਦਿਨਾਂ ਨੂੰ ਗੱਲ ਕਿੱਧਰ ਨੂੰ ਜਾਂਦੀ ਹੈ ਜੇਕਰ ਗੜਬੜੀਆਂ ਹੋਈਆਂ ਤਾਂ ਸੱਚ ਸਾਹਮਣੇ ਰੱਖ ਦੇਣਾ ਚਾਹੀਦਾ ਜਦੋਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹਰੁਣਾ ਨੇ ਡਿਬੇਟ ਰੱਖੀ ਸੀਗੀ ਡਿਬੇਟ ਤਾਂ ਵੈਸੇ ਬਾਕੀ ਸਿਆਸਤਦਾਨਾਂ ਨੇ ਰੱਖੀ ਸੀ 85 ਉਦੋਂ ਵੀ ਉਹਨਾਂ ਨੇ ਕੱਟ ਕੇ ਸਬੂਤ ਰੱਖੇ ਸੀ ਆ ਦੇਖੋ ਉਸ ਲਈ ਨਹੀਂ ਕੋਈ ਬੋਲਿਆ ਹੁਣ ਕਿਉਂ ਬੋਲਦੇ ਪਏ ਆ ਇਹ ਵੀ ਇੱਕ ਤਰ੍ਹਾਂ ਦਾ ਸਵਾਲ ਹੈ ਜੋ ਆਪਣੇ ਆਪ ਦੇ ਵਿੱਚ ਉਲਝਣਾ ਪੈਦਾ ਕਰਦਾ ਹੈ ਦੇਖਦੇ ਗਹਾਲਾਤ ਕਿਦਾਂ ਜਾਂਦੇ ਨੇ ਸੁਖ ਵਿਲਾਸ ਨੂੰ ਲੈ ਕੇ ਮਾਮਲਾ ਅਦਾਲਤ ਵਿੱਚ ਹੈ ਸੁਖਵੀਰ ਸਿੰਘ ਬਾਦਲ ਕੀ ਪ੍ਰਤੀਕਿਰਿਆ ਦਿੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਅੱਗੇ ਵੱਧਦੇ ਹਾਂ ਗੱਲ ਕਰਨੀ ਹੈ ਕਿਸਾਨਾਂ ਦੀ ਕਿਉਂਕਿ ਅੰਦੋਲਨ ਚੱਲਦਾ ਪਿਆ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਹਰ ਰੋਜ਼ ਨਵੇਂ ਐਲਾਨ ਕਰ ਰਹੇ ਨੇ ਨੌਜਵਾਨ ਕਿਸਾਨ ਛੁਪ ਕਰਨ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਮਾਹੌਲ ਗਮਰੀਨ ਹੋਇਆ ਨੌ ਕਿਸਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਇਹਦੇ ਵਿੱਚ ਦੂਸਰੇ ਪਾਸੇ ਪੋਲਸਾਣੇ ਦੀ ਵੀ ਤਿੰਨ ਜਣਾਂ ਦੀ ਮੌਤ ਹੋਈ ਹੈ ਪਰ ਨਾਲ ਦੀ ਨਾਲ ਜਦੋਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਅੰਦੋਲਨ ਹੁਣ ਫਿਰ ਤੋਂ 2 ਦਿਨ ਤੱਕ ਰੋਕਣ ਦੀ ਗੱਲ ਕਹੀ ਜਾ ਰਹੀ ਹੈ ਕੱਲ ਸ਼ਾਮ ਨੂੰ ਕਿਸਾਨਾਂ ਨੇ ਕਿਹਾ ਅਸੀਂ ਮੀਟਿੰਗ ਕਰਾਂਗੇ ਅੱਜ ਮੀਟਿੰਗ ਕਰਕੇ ਫੈਸਲਾ ਲਿਆ ਕੱਲ ਸ਼ਾਮ ਨੂੰ ਫਾਈਨਲ ਫੈਸਲਾ ਹੋਵੇਗਾ ਕਿ ਦਿੱਲੀ ਵੱਲ ਜਾਣਾ ਜਾਂ ਫਿਰ ਨਹੀਂ ਪਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਆਪਸੀ 파ਟਕ ਇੱਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਹੈ ਉਧਰਲੇ ਪਾਸੇ ਜੁਗਿੰਦਰ ਸਿੰਘ ਉਗਰਾਹਾ ਹੁਰਾਂ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਤੁਹਾਨੂੰ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕਿਹਾ ਗਿਆ ਸੀ ਸਾਡਾ ਸਾਥ ਦਿਓ ਤਾਂ ਉਹਨਾਂ ਨੇ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਸਾਨੂੰ ਪੁੱਛਿਆ ਜ਼ਰੂਰ ਗਿਆ ਸੀਗਾ ਪਰ ਇੱਕ ਦਿਨ ਦੇ ਪ੍ਰੋਗਰਾਮ ਲਈ ਪੁੱਛਿਆ ਗਿਆ ਸੀ ਸਾਰੇ ਪਾਸੇ ਨਹੀਂ ਅਸੀਂ ਤਾਂ ਕਿਹਾ ਸੀਗਾ ਕਿ ਇੱਕ ਪਾਸੇ ਚੱਲ ਹੋਣਾ ਇੱਕ ਜਥੇਬੰਦੀ ਨਾਲ ਚਲਾਂਗੇ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਚੁਣਿਆ ਹੁਣ ਸਵਾਲ ਇਹ ਵੀ ਹੈ ਕਿ ਇਸ ਵੇਲੇ ਅੰਦੋਲਨ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਇਹ ਕਿਸੇ ਨੂੰ ਪਤਾ ਨਹੀਂ ਦੋ ਕਿਸਾਨ ਆ ਗੂ ਸਰਵੰਤ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਹਾਲਾਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹੋਰ ਵੀ ਨੇ ਉਹ ਕਹਿੰਦੇ ਆ ਕਿ ਅਸੀਂ ਅੰਦੋਲਨ ਰੋਕਣਾ ਨਹੀਂਗਾ ਅੰਦੋਲਨ ਤੇ ਚੱਲਣਾ ਪਰ ਰੂਪਰੇਖਾ ਕੀ ਹੋਣੀ ਆ ਇਹ ਕੱਲ ਨੂੰ ਨਵੇਂ ਸਿਰਿਓਂ ਪਤਾ ਲੱਗਣਾ ਦੂਸਰੇ ਪਾਸੇ ਅਦਾਲਤਾਂ ਇਸ ਮਾਮਲੇ 'ਚ ਝੜਚੰਬ ਕਰ ਰਹੀਆਂ ਨੇ ਹਰਿਆਣੇ ਵਾਲੇ ਪਾਸੇ ਵੀ ਤੇ ਇਹ ਕਿਹਾ ਗਿਆ ਕਿ ਕੋਈ ਅਤਵਾਦੀ ਹੋੜੀ ਇੱਥੇ ਜਿਹੜੇ ਗੋਲੀਆਂ ਚਲਾ ਰਹੇ ਨੇ ਨਾ ਇਹ ਅਤਵਾਦੀ ਸਟੇਟ ਆ ਇਹ ਇੱਥੇ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਧਰ ਧਿਆਨ ਦਿੱਤਾ ਜਾਵੇ ਕਿਸਾਨਾਂ ਨੂੰ ਵੀ ਕਿਹਾ ਗਿਆ ਕਿ ਜਿਹੜੀਆਂ JCB ਤੁਸੀਂ ਲੈ ਕੇ ਆ ਰਹੇ ਹੋ ਜਿਹੜੇ ਟਰੈਕਟਰ ਟਰਾਲੀਆਂ ਅਗਲੇ ਪਾਸੇ ਤੁਸੀਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਮੋਲਡ ਕੀਤਾ ਹੋਇਆ ਉਹ ਅੱਗੇ ਵੱਲ ਲੈ ਕੇ ਜਾ ਰਹੇ ਹੋ ਚੰਗੀ ਗੱਲ ਨਹੀਂ ਗਈ ਇਹ ਤਰੀਕਾ ਸਹੀ ਨਹੀਂਗਾ ਲੋਕਤੰਤਰ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੀਦਾ ਪਰ ਸਾਰੀਆਂ ਕੜੀਆਂ ਪਿਛਲੇ ਪਾਸੇ ਜੁੜਦੀਆਂ ਜਦੋਂ ਪਹਿਲੇ ਦਿਨ ਦੂਜੇ ਦਿਨ ਹੰਗਾਮਾ ਹੁੰਦਾ ਬੇਹੰਜੂ ਵਾਲੇ ਗੈਸ ਦੇ ਗੋਲੇ ਕਿੰਨੇ ਛੱਡੇ ਪੁਲਿਸ ਨੇ ਬੈਰੀਕੇਟਿੰਗ ਕਿਉਂ ਕੀਤੀ ਆ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਉਦੋਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਜਦੋਂ ਕਿਸਾਨਾਂ ਕੋਈ ਕਹਿੰਦੇ ਕਿ ਅਸੀਂ ਅੱਗੇ ਵਧਾਂਗੇ 2 ਦਿਨ ਲਈ ਅੰਦੋਲਨ ਟਲਿਆ ਹੋਇਆ 2 ਦਿਨ ਬਾਅਦ ਗੱਲ ਕਿੱਧਰ ਨੂੰ ਜਾਵੇਗੀ ਇਹ ਸਮਾਂ ਦੱਸੇਗਾ ਪਰ ਇਹਨਾ ਜ਼ਰੂਰ ਹੈ ਕਿ ਇਸ ਵੇਲੇ ਕਿਸਾਨ ਨੌਜਵਾਨ ਦੀ ਜਿਹੜੀ ਮੌਤ ਹੋਈ ਸੀ ਸ਼ੁਕਰਨ ਦੀ ਕੱਲ ਪੋਸਟਮਾਰਟਮ ਹੋਇਆ ਅੰਤਿਮ ਸਕਾਰ ਹੋ ਗਿਆ ਅੱਜ ਕਿਹਾ ਜਾ ਰਿਹਾ ਕਿ ਉਸ ਮਾਮਲੇ ਦੇ ਵਿੱਚ ਸਾਰਿਆਂ ਨੇ ਉਸ ਮਾਹੌਲ ਦੇ ਵਿੱਚ ਸ਼ਾਮਲ ਦੁੱਖ ਦੇ ਮਾਹੌਲ ਦੇ ਵਿੱਚ ਸ਼ਾਮਲ ਹੋਏ ਸੀਗੇ ਪਰ ਇਹਨਾਂ ਜ਼ਰੂਰ ਹੈ ਕਿ ਇਸ ਵੇਲੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਅੰਦੋਲਨ ਅਸੀਂ ਥੋੜੇ ਦਿਨ ਲਈ ਰੋਕ ਰਹੇ ਹਾਂ ਕਿਦੋਂ ਨੂੰ ਜਾਣਾ ਕੱਲ ਪਤਾ ਲੱਗਣਾ ਪਰ ਦੂਸਰੇ ਪਾਸੇ ਜਦੋਂ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਲੁਧਿਆਣੇ ਦੀ ਗੱਲ ਕਰਨੀ ਜ਼ਰੂਰ ਪਣਦੀ ਹੈ ਲੁਧਿਆਣੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਣੀ ਸੀ ਚਰਚਾ ਚੱਲ ਵੀ ਰਹੀ ਸੀ ਜਗਰਾਉਂ ਵਾਲੇ ਪਾਸਿਓਂ ਕੁਝ ਕਾਂਗਰਸ ਦੇ ਵਰਕਰ ਆਏ ਸੀ ਕਹਿੰਦੇ ਆ ਕਿ ਉਸ ਵੇਲੇ ਤੱਕ ਤਾਂ ਮੀਟਿੰਗ ਚੰਗੀ ਚੱਲਦੀ ਸੀ ਪਰ ਲੋਕਲ ਲੈਵਲ ਤੇ ਕੁਝ ਲੀਡਰ ਪਹੁੰਚੇ ਉੱਥੇ ਉਹਨਾਂ ਨੇ ਮਾਹੌਲ ਹੀ ਖਰਾਬ ਕਰ ਦਿੱਤਾ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿਸੇ ਦਾ ਧਿਆਨ ਚਾਹ ਵਾਲ ਸੀ ਕਿਸੇ ਦਾ ਧਿਆਨ ਕੌਫੀ ਵਾਲ ਸੀਗਾ ਐਨੇ ਨੂੰ ਹੀ ਉੱਥੇ ਫਿਰ ਜਿਹੜੇ ਕਾਂਗਰਸ ਦੇ ਲੀਡਰ ਪਹੁੰਚੇ ਸੀ ਸੀਨੀਅਰ ਉਹ ਭੜਕ ਗਏ ਇਹਦੇ ਵਿੱਚ ਭਾਰਤ ਭੂਸ਼ਨਾਸ਼ੂ ਹੁਰਾਂ ਦਾ ਨਾਮ ਵੀ ਉਹਦਾ ਸਾਬਕਾ ਕੈਬਨਿਟ ਮੰਤਰੀ ਨੇ ਕਹਿੰਦੇ ਆ ਕਿ ਭਾਰਤ ਭੂਸ਼ਨਾਸ਼ੂ ਹੁਰਾਂ ਨੂੰ ਗੁੱਸਾ ਆਇਆ ਤੇ ਉਹ ਉੱਠ ਕੇ ਹੀ ਚਲੇ ਗਏ ਪਰ ਜਾਂਦੇ ਜਾਂਦੇ ਇਹ ਗੱਲ ਕਹਿ ਗਏ ਜੇਕਰ ਕਾਂਗਰਸੀ ਵਰਕਰਾਂ ਦਾ ਧਿਆਨ ਕੰਮ ਤੇ ਹੈ ਨਹੀਂਗਾ ਤੇ ਚਾਹ ਕੌਫੀ ਪੀ ਕੇ ਹੋੜੀ ਪਾਰਟੀ ਅੱਗੇ ਵੱਲ ਵਧਣੀ ਆ ਹੁਣ ਇਹੀ ਗੱਲਾਂ ਰਵਨੀਤ ਸਿੰਘ ਬਿੱਟੂ ਨੇ ਵੀ ਕੀਤੀਆਂ ਨੇ ਰਵਨੀਤ ਸਿੰਘ ਬਿੱਟੂ ਇਸ ਕਰਕੇ ਇਕੱਠੇ ਹੋਏ ਸੀ ਸਾਰੇ ਸਿਆਸਤਦਾਨ ਕਿਉਂਕਿ ਤਿੰਨ ਦਿਨ ਪਹਿਲਾਂ ਉੱਥੇ ਨਗਰ ਨਿਗਮ ਦੇ ਵਿੱਚ ਇਹਨਾਂ ਨੇ ਜਿੰਦਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਵਿਭਾਗ ਨੂੰ ਉਸ ਵੇਲੇ ਝੜਪਾਂ ਵੀ ਹੋਈਆਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਅੱਜ ਉਸ ਮਾਮਲੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਰਵਨੀਤ ਸਿੰਘ ਬਿੱਟੂ ਕਹਿੰਦੇ ਸੀ ਗ੍ਰਿਫਤਾਰੀ ਦਵਾਂਗੇ ਕੋਈ ਚਿੰਤਾ ਵਾਲੀ ਗੱਲ ਨਹੀਂ 5 ਤਰੀਕ ਨੂੰ ਕਹਿੰਦੇ ਖੁੱਲ ਕੇ ਗ੍ਰਿਫਤਾਰੀਆਂ ਦਵਾਂਗੇ ਅਸੀਂ ਤੇ ਨਾਲ ਦੀ ਨਾਲ 5 ਮਾਰਚ ਨੂੰ ਗ੍ਰਿਫਤਾਰੀਆਂ ਦੇਣ ਦੀ ਗੱਲ ਕਹੀ ਹੈ ਤੇ ਦੂਸਰੇ ਪਾਸੇ ਥਾਣਾ ਕੋਤਵਾਲੀ ਪੈਂਦਾ ਉਥੇ ਪੁਲਿਸ ਨੇ ਨਗਰ ਨਿਗਮ ਦੇ ਕੰਮਾਂ ਦੇ ਵਿੱਚ ਰੁਕਾਵਟ ਪਾਉਣ ਦੇ ਕਰਕੇ ਐਫ ਆਈ ਆਰ ਦਰਜ ਕੀਤੀ ਹੈ ਪਰ ਮੀਟਿੰਗ ਦੇ ਵਿੱਚ ਤਾਂ ਇਹ ਗੱਲ ਕਰਨੀ ਸੀਗੀ ਉਹਨਾਂ ਨੇ ਕਿ ਅਸੀਂ ਗ੍ਰਿਫਤਾਰੀਆਂ ਦਵਾਂਗੇ ਪਾਰਟੀ ਨੂੰ ਅੱਗੇ ਕਿਵੇਂ ਲਿਜਾਇਆ ਜਾ ਸਕਦਾ ਪਰ ਜਦੋਂ ਪਾਰਟੀ ਦੇ ਵਰਕਰ ਆਪਸ ਵਿੱਚ ਇਹ ਗੱਲਾਂ ਕਹੀ ਜਾਣ ਕਾਫੀ ਚਾਹ ਦੀ ਤਾਂ ਫਿਰ ਕਿਦਾਂ ਮਸਲੇ ਹੱਲ ਹੋਣੇ ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਜਦੋਂ ਦਿੱਲੀ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਲੀਡਰ ਸੀਗੇ ਹੁਣ ਉਹਨਾਂ ਨੇ ਗੁਜਰਾਤ ਤੋਂ ਆਈ ਸੀ ਪਟੇਲ ਹੁਣੀ ਉਹ ਕਹਿੰਦੇ ਕਿ ਸਾਨੂੰ ਦਿੱਲੀ ਬਲਾਤ ਲਿਆ ਜਾਂਦਾ ਪਰ ਆ ਸੈਂਡਵਿਚ ਜਿਹਾ ਖਲਾ ਕੇ ਵਾਪਸ ਭੇਜ ਦਿੱਤਾ ਜਾਂਦਾ ਕਿਸੇ ਮੁੱਦੇ ਤੇ ਗੱਲ ਨਹੀਂ ਹੁੰਦੀ ਕੋਈ ਵਿਚਾਰ ਚਰਚਾ ਨਹੀਂ ਕਰਦਾ ਪਰ ਇਹ ਸਾਰਾ ਕੁਝ ਸਥਿਤੀ ਬਣੀ ਕਿਉਂ ਸੀ ਇਹ ਸਾਰੇ ਮਾਮਲੇ ਤੇ ਰਮਨਜੀਤ ਸਿੰਘ ਬਿੱਟੂ ਹਰਾਂ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਹੈ ਕਿਉਂ ਇਹ ਮਾਹੌਲ ਬਣਿਆ ਕੀ ਕਾਰਨ ਸੀਗਾ ਆਓ ਇੱਕ ਨਜ਼ਰ ਉਧਰ ਮਾਰਦੇ ਹਾਂ ਜੋ ਇਕੱਲੇ ਇਕੱਲੇ ਵਿਧਾਨ ਸਭਾ ਹਲਕੇ ਦੇ ਲੀਡਰਾਂ ਨਾਲ ਸਾਡੇ ਮੇਨ ਮੋਹਲਤਵਰ ਵਰਕਰਾਂ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਬਈ ਬਿਲਕੁਲ ਇਸ ਸਰਕਾਰ ਮੂਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਆ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਹੀ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਡੀਸੀ ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਇਹ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਇ ਨੇਮ ਪਰਚਾ ਦਰਜ ਕੀਤਾ ਹੈ ਉਹ ਤੇ ਉਸ ਤੋਂ ਬਾਅਦ ਜਿੰਨੇ ਵੀ ਉਹ ਲੋਕ ਚਾਹਣਗੇ ਜਿੰਨੇ ਦੇ ਵੀ ਉਹਨਾਂ ਦੇ 50 60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ ਕਦੇ ਸੰਘਰਸ਼ ਦਬੇ ਨਹੀਂ ਜਾਂਦੇ ਤੇ ਇਸ ਕਰ ਲਈ ਇਹ ਕਾਂਗਰਸ ਪਾਰਟੀ ਆ ਆਜ਼ਾਦੀ ਦੀ ਲੜਾਈ ਅਤਵਾਦੀ ਲੜਾਈ ਭਾਈ ਪਰਚਿਆਂ ਨਾਲ ਖੁਸ਼ ਹੋਣੇ ਤੁਸੀਂ ਪਰਚਿਆਂ ਨਾਲ ਖੁਸ਼ ਹੋ ਜਾਓ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਇਹ ਉਹ ਪਾਰਟੀ ਆ ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ ਜਿੱਦਣ ਜੇਲ੍ਹ ਚੋਂ ਛਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰੀ ਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਮੈਂ ਤਾਂ ਇਹੀ ਕਹਿੰਦੇ ਆ ਨਾ ਜਿੱਥੇ ਜਿੱਥੇ ਇਹ ਡਰਦੇ ਆ ਖਾਕੀ ਨੂੰ ਅੱਗੇ ਕਰਦੇ ਆ ਜਿੱਥੇ ਜਿੱਥੇ ਇਹ ਫਸਦੇ ਆ ਖਾਕੀ ਨੂੰ ਅੱਗੇ ਕਰਦੇ ਆ ਉਹ ਸਾਡੇ ਭਰਾ ਨੇ ਸਾਰੇ ਪੁਲਿਸ ਵਾਲੇ ਉਹ ਸਾਡੇ ਨੇ ਇਸ ਕਰਕੇ ਉਹ ਸਾਡੇ ਵੱਲ ਕਦੇ ਵੀ ਤਤੀਵਾ ਨਹੀਂ ਸਾਨੂੰ ਲੱਗਣ ਦੇਣਗੇ ਹਾਂ ਸਰਕਾਰ ਆ ਜ਼ਾਲਿਮ ਸਰਕਾਰ ਉਹਨਾਂ ਦਾ ਕੀ ਉਹ ਤਾਂ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ ਰੋਜ਼ ਇਨਕਾਊਂਟਰ ਹੋ ਰਹੇ ਆ ਉਹਨਾਂ ਦੇ ਤਾਂ ਪਰਚੇ ਨਹੀਂ ਦਰਜ ਹੁੰਦੇ ਰਸਵਾ ਦੇ 100 ਟੈਲੀਫੋਨ ਜੇਲਾਂ ਚੋਂ ਲੱਭ ਰਿਆ ਉਹ ਤਾਂ ਰੋਕ ਨਹੀਂ ਹੁੰਦੇ ਜਿਹੜੇ ਰੋਜ਼ ਲੁੱਟ ਰਹੇ ਐ ਐਮਐਲਏ ਪੈਸੇ ਲੁੱਟ ਕੇ ਜਿਹੜੇ ਬਾਹਰ ਭੱਜ ਗਏ ਉਹ ਆਵੇ ਤਾਂ ਮੂਰੇ ਜਿੱਦੇ ਪਰਚਾ ਮੇਰਾ ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ ਉਹ ਦੁੱਖ ਨਹੀਂਗਾ ਦੁੱਖ ਇਹ ਹੋਇਆ ਵੀ ਰਾਗਵ ਚੱਡੇ ਦਾ ਨੌਕਵੇਂ ਲੈਤਾ ਰਾਗਵ ਚੱਡੇ ਦੇ ਕਰਕੇ ਦਿੱਲੀੋਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ ਕਿਉਂਕਿ ਰਾਗਵ ਚੱਡਾ ਸਭ ਤੋਂ ਇਹਨਾਂ ਦੀ ਦੁੱਖ ਦੀ ਰਾਗਾ ਦੁੱਖ ਦੀ ਰਾਗਾ ਜਿਹੜਾ ਪੰਜਾਬ ਚੋਂ ਸਾਰਾ ਕੁਝ ਉਦੀ ਉਦੀ ਕਾਰਸ਼ਤਾਨੀ ਨਾਲ ਜਿਹੜਾ ਇਹ ਪੰਜਾਬ ਅੱਜ ਇਸ ਕ ਦਾ ਖਿਆਰ ਤੇ ਖੜਾ ਉਹ ਉਹ ਵਰਕਰਾਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਉਹ ਜਿਹੜੇ ਇਨਡਿਸਪਲਿਨਸ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਹੈ ਉਹ ਕਿਉਂਕਿ ਇਸ ਇਸ ਔਖੇ ਪਣ ਚੋਂ ਪਾਰਟੀ ਨਿੰਗਰੀ ਆ ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾਲ ਸੁਣੋ ਤੇ ਇਸ ਕਰਕੇ ਡਿਸਪਲਾਈਨ ਬਹੁਤ ਜ਼ਰੂਰੀ ਆ ਉਹ ਕਈ ਵਾਰ ਡਿਸਪਲਾਈਨ ਲਈ ਸਖਤੀ ਕਰਨੀ ਵੀ ਪੈਂਦੀ ਆ ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜੇ ਸਖਤੀ ਕੀਤੀ ਆ ਅਗਲੀ ਮੀਟਿੰਗਾਂ ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਆ ਇੱਕ ਦੂਜੇ ਦੀ ਸੁਣੋ ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ ਬੋਲ ਤਾਂ ਵਰਕਰ ਹੀ ਰਿਹਾ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ ਤੇ ਉਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਗੱਲ ਹੀ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ ਤੁਥੀ ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ ਅਸੀਂ ਵੀ ਆਸ਼ੂ ਨੂੰ ਜਾਣਦੇ ਆ ਤੇ ਇਸ ਕਰਕੇ ਉਹਨਾਂ ਦੇ ਬਿਨਾਂ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਮਨਜੀਤ ਸਿੰਘ ਬਿੱਟੂ ਹਰ ਤੁਸੀਂ ਸੁਣਿਆ ਅੱਗੇ ਵੱਧਦੇ ਆ ਗੱਲ ਕਰਦੇ ਆ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਇਸ ਵੇਲੇ ਇੰਡੀਆ ਗੱਠਜੋੜ ਦੂਸਰੀਆਂ ਰਾਜਨੀਤਿਕ ਪਾਰਟੀਆਂ ਲਈ ਲੱਗਦਾ ਹੈ ਕਿ ਇਸ ਵੇਲੇ ਖਤਰਾ ਬਣ ਸਕਦਾ ਹੈ ਇਹ ਉੱਥੋਂ ਦੇ ਕੁਸ਼ਕ ਮਾਹਰ ਕਹਿ ਰਹੇ ਨੇ ਹਾਲਾਂਕਿ ਖਤਰਾ ਕਿੰਨਾ ਕੁ ਬਣਦਾ ਕਿੰਨਾ ਕੁ ਨਹੀਂ ਇਹ ਕਿਹਾ ਨਹੀਂ ਜਾ ਸਕਦਾ ਪਰ ਜਿਹੜਾ ਗੱਠਜੋੜ ਹੋਇਆ ਉਹਦਾ ਮਤਲਬ ਹੈ ਕਿ ਰਾਜਨੀਤਿਕ ਪਾਰਟੀਆਂ ਭਾਜਪਾ ਪਾਰਟੀ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੀਆਂ ਨੇ ਹੁਣ ਕਹਿੰਦੇ ਆ ਕਿ ਮਹਾਰਾਸ਼ਟਰ ਵਿੱਚ ਇੰਡੀਆ ਜਿਹੜਾ ਗੱਠਜੋੜ ਹੋਇਆ ਉਹਦੇ ਵਿੱਚ 48 ਸੀਟਾਂ ਨੇ ਜਿਹਦੇ ਵਿੱਚ ਉਦਵ ਠਾਕਰੇ ਹੋਰਾਂ ਨੂੰ ਸ਼ਿਵ ਸੇਨਾ ਜਿਹੜੀ ਉਦਵ ਠਾਕਰੇ ਦੀ ਹੈ ਉਹਨਾਂ ਨੂੰ 20 ਸੀਟਾਂ ਕਾਂਗਰਸ ਨੂੰ 18 ਸ਼ਰਦ ਪਵਾਰ ਉਹਨਾਂ ਦੀ ਐਨਸੀਪੀ ਨੂੰ 10 ਸੀਟਾਂ ਮਿਲੀਆਂ ਨੇ ਤੇ ਤਿੰਨੇ ਪਾਰਟੀਆਂ ਇਸ ਵੇਲੇ ਮਿਲ ਕੇ ਚੋਣ ਅਖਾੜੇ ਦੇ ਵਿੱਚ ਆ ਚੁੱਕੀਆਂ ਨੇ ਤੇ ਹੁਣ ਕਾਂਗਰਸ ਦਾ ਸ਼ਿਫ ਸੇਨਾ ਉਦਵ ਠਾਕਰੇ ਤੇ ਐਨਸੀਪੀ ਦਾ ਇਹ ਮਕਸਦ ਹੈ ਕਿ ਆਉਂਦੇ ਦਿਨਾਂ ਨੂੰ ਅਸੀਂ ਭਾਜਪਾ ਪਾਰਟੀ ਨੂੰ ਟੱਕਰ ਦਈਏ ਹਾਲਾਂਕਿ ਭਾਜਪਾ ਪਾਰਟੀ ਵਾਲੇ ਪਾਸੇ ਵੀ ਪੰਜ ਹੋਰ ਰਾਜਨੀਤਿਕ ਪਾਰਟੀਆਂ ਆ ਕੇ ਖੜੀਆਂ ਦਿਖਾਈ ਦੇ ਰੀਆਂ ਨੇ ਸੋ ਕਹਿ ਸਕਦੇ ਆ ਕਿ ਇਸ ਵੇਲੇ ਇੰਡੀਆ ਗੱਠਜੋੜ ਤਿੰਨ ਕਸੂਬਿਆਂ ਦੇ ਵਿੱਚ ਕਾਮਯਾਬ ਹੋ ਚੁੱਕਿਆ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਜਿਹੜੀ ਕਈ ਸੂਬਿਆਂ 'ਚ ਗੱਲ ਨਹੀਂ ਬਣਦੀ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਗੱਲ ਬਣ ਸਕਦੀ ਹਰਿਆਣਾ 'ਚ ਇੱਕ ਸੀਟ ਤੇ ਬਣ ਗਈ ਹੈ ਦਿੱਲੀ ਵਿੱਚ ਵੀ ਬਣ ਗਈ ਹੈ ਸਹਿਮਤੀ ਗੋਆ ਦੇ ਵਿੱਚ ਵੀ ਸਹਿਮਤੀ ਬਣ ਚੁੱਕੀ ਹੈ ਪੱਛਮੀ ਬੰਗਾਲ 'ਚ ਅਜੇ ਗੱਲ ਚੱਲਦੀ ਪਈ ਹੈ ਸਮਾਜਵਾਦੀ ਪਾਰਟੀ ਨਾਲ ਯੂਪੀ ਦੇ ਵਿੱਚ ਵੀ ਥੋੜੀ ਜਿਹਾ ਤਾਲਮੇਲ ਸੱਟ ਬੈਠ ਗਿਆ ਪਰ ਮਹਾਰਾਸ਼ਟਰ ਦੇ ਵਿੱਚ ਅੱਜ ਜਿਸ ਹਿਸਾਬ ਦੇ ਨਾਲ ਉਹ ਕਿਹਾ ਜਾ ਰਿਹਾ ਹੈ ਕਿ ਇੰਡੀਆ ਗੱਠਜੋੜ ਮਿਲ ਕੇ ਚੋਣ ਲੜੇਗੀ ਤੇ ਕਈ ਰਾਜਨੀਤਿਕ ਪਾਰਟੀਆਂ ਲਈ ਸਮੱਸਿਆ ਬਣ ਸਕਦੀ ਹੈ ਪਰ ਫਿਰ ਤੋਂ ਗੱਲ ਉੱਥੇ ਆਉਂਦੀ ਨਾ ਭਾਜਪਾ ਪਾਰਟੀ ਦਾਅਵੇ ਕਰ ਰਹੀ ਹੈ ਕਿ ਅਬਕੀ ਵ ਭਾਜਪਾ ਪਾਰਟੀ ਕਹਿ ਰਹੀ ਹੈ ਕਿ 370 ਸੀਟਾਂ ਜਿੱਤ ਕੇ ਦਿਖਾਵਾਂਗੇ 370 ਦੇ 400 ਤੋਂ ਪਾਰ ਦੀ ਗੱਲ ਬਾਰ-ਬਾਰ ਕਹਿਣਾ ਤੇ ਦੂਸਰੇ ਪਾਸੇ ਇੰਡੀਆ ਦਾ ਗੱਠਜੋੜ ਹੋਣਾ ਇਸ ਵੇਲੇ ਸਿਆਸਤ ਵਿੱਚ ਕੁਝ ਨਵਾਂ ਸਮੀਕਰਨ ਬਣਾ ਸਕਦਾ ਹੈ ਨਤੀਜੇ ਕੀ ਹੋਣਗੇ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਇਸ ਵੇਲੇ ਸਿਆਸਤਦਾਨ ਜਿਸ ਹਿਸਾਬ ਨਾਲ ਇਕੱਠੇ ਹੋ ਰਹੇ ਨੇ ਲੱਗਦਾ ਨਾ ਭਾਜਪਾ ਲਈ ਕਮ ਸੋਖਾ ਤੇ ਜੇਕਰ ਇਹ ਗੱਠਜੋੜ ਰਹੇਗਾ ਤਾਂ ਇਹਦਾ ਖਲਾਰਾ ਪੈਣ ਨੂੰ ਟਾਈਮ ਨਹੀਂ ਲੱਗਦਾ ਬਿਹਾਰ ਇਹਦੀ ਸਭ ਤੋਂ ਵੱਡੀ ਉਦਾਹਰਣ ਜ਼ਰੂਰ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜਰ ਪਸੰਦ ਆਇਆ ਹੋਣਾ ਮੈਨੂੰ ਨਵਜੀਤ ਤੋਂ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ